ਜਸਟੀ ਵੀ ਦੇਖ ਰਹੇ ਹੋ ਤੁਸੀਂ ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ ਨਸ਼ੇ ਦੇ ਮੁੱਦੇ ਤੇ 2017 ਦੇ ਵਿੱਚ ਚੋਣਾਂ ਹੋਈਆਂ ਵੱਡਾ ਮੁੱਦਾ ਰਿਹਾ ਨਸ਼ੇ ਮੁੱਦੇ ਸਿਆਸਤ ਬਹੁਤ ਹੋਈ ਹੈ ਇਸ ਤੋਂ ਪਹਿਲਾਂ ਵੀ ਸਿਆਸਤ ਹੋਈ ਹੈ ਪਰ ਹੁਣ ਲਗਾਤਾਰ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਹੁਣ ਤਾਜ਼ਾ ਮਾਮਲਾ ਤਰਨ ਤਾਰਨ ਦੇ ਇੱਕ ਪਿੰਡ ਖਵਾਸਪੁਰਾ ਤੋਂ ਸਾਹਮਣੇ ਆਇਆ ਜਿੱਥੇ ਨਸ਼ੇ ਦੀ ਤੋੜ ਦੀ ਵਜ੍ਹਾ ਕਰਕੇ ਦੋ ਨੌਜਵਾਨਾਂ ਨੇ ਖੁਦਕੁਸ਼ੀ ਕਰ ਲਈ ਵਜ੍ਹਾ ਇਹ ਵੀ ਨਾਲ ਦੱਸੀ ਜਾ ਰਹੀ ਹੈ ਕਿ ਉਹਨਾਂ ਨੂੰ ਕੰਮ ਨਹੀਂ ਮਿਲਿਆ ਸੀਗਾ ਕੰਮ ਗਰੀਬੀ ਸਭ ਕੁਝ ਨਾਲ ਸੀਗਾ ਸਵਾਲ ਇੱਕੋ ਪੁੱਛਿਆ ਜਾਵੇਗਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਆ ਕਿ ਇਹ ਕੋਈ ਬਿਜਲੀ ਤਾਂ ਹੈ ਨਹੀਂ ਜਿਹਦਾ ਸਵਿੱਚ ਬੰਦ ਕਰਨਾ ਮੁਹੰਮਦ ਸਦੀਕ ਹਰੀ ਕਹਿੰਦੇ ਆ ਕਿ ਕੈਪਟਨ ਸਾਹਿਬ ਹੁਣ ਜਾ ਕੇ ਗਲੀ ਗਲੀ ਪੁੜੀਆਂ ਲੱਭਣ ਸਵਾਲ ਅਸੀਂ ਇੱਕੋ ਪੁੱਛਾਂਗੇ ਨਸ਼ੇ ਦਾ ਸਵਿੱਚ ਕਿਸ ਹੱਥ ਨਸ਼ੇ ਦੇ ਮੁੱਦੇ ਤੇ ਬਿਆਨਬਾਜ਼ੀਆਂ ਸ਼ੁਰੂ ਹੋ ਚੁੱਕੀਆਂ ਨਸ਼ੇ ਦੇ ਮੁੱਦੇ ਤੇ ਕਾਂਗਰਸੀ ਅਕਾਲੀ ਆਮੋ ਸਾਹਮਣੇ ਹੋ ਗਿਆ ਗੁਟਕਾ ਸਾਹਿਬ ਦੀ ਸਹੁੰ ਚੁੱਕਣ ਵਾਲੇ ਸਵਾਲ ਤੇ ਮੁਹੰਮਦ ਸਦੀਕ ਭੜਕੇ ਆ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਹੈ ਮੁੱਖ ਮੰਤਰੀ ਗਲੀ ਗਲੀ ਜਾ ਕੇ ਪੁੜੀਆਂ ਲਾਉਂਦੇ ਫਿਰ ਮੁਹੰਮਦ ਸਦੀਕ ਕਹਿ ਰਹੇ ਆ ਇਹ ਪੱਤਰਕਾਰਾਂ ਨੇ ਸਵਾਲ ਪੁੱਛਿਆ ਸੀ ਉਹਨਾਂ ਨੂੰ ਕਹਿੰਦੇ ਤੁਹਾਡਾ ਇਹ ਮਤਲਬ ਤੁਹਾਡਾ ਕੀ ਮਤਲਬ ਹੈਗਾ ਇਹ ਸਵਾਲ ਦਾ ਅਤੇ ਉਹਨਾਂ ਜਾਪਤਾ ਵੀ ਸਮਝਾਉਣ ਲੱਗ ਪਏ ਹਾਲਾਂਕਿ ਕਈ ਹੋਰ ਸਵਾਲ ਉਹਨਾਂ ਤੋਂ ਪੁੱਛੇ ਗਏ ਸੀਗੇ ਸਦੀਕ ਦੇ ਜਵਾਬ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਸਵਾਲ ਪੁੱਛਿਆ ਗਿਆ ਉਹਨਾਂ ਨੇ ਵੱਡੀ ਟਿੱਪਣੀ ਕਰ ਦਿੱਤੀ ਕਹਿੰਦੇ ਅਧਿਆਪਕ ਤਾਂ ਆਪ ਹੀ ਨਸ਼ਾ ਕਰਦੇ ਨੇ ਗੁਟਕਾ ਸਾਹਿਬ ਦੀ ਸਹੁੰ ਖਾਣਾ ਗਲਤ ਹੈ ਅਤੇ ਨਾਲ ਹੀ ਉਹਨਾਂ ਨੇ ਸਵਿੱਚ ਵਾਲੀ ਗੱਲ ਵੀ ਕਹਿ ਦਿੱਤੀ ਉਹ ਵੀ ਤੁਹਾਨੂੰ ਸੁਣਾਵਾਂਗੇ ਜ਼ਰੂਰ ਪਹਿਲਾਂ ਬਿਆਨ ਸੁਣ ਲਈਏ ਦੋਨਾਂ ਸਿਆਸਤਦਾਨਾਂ 'ਤੇ ਦੇਖੋ ਗੁਟਕਾ ਸਾਹਿਬ ਦੀ ਸਹੁੰ ਚੱਕੀ ਸੀ ਵੀ ਮੈਨੂੰ ਜਦੋਂ ਕੋਈ ਵੀ ਬੰਦਾ ਤੁਹਾਡਾ ਕੀ ਮਤਲਬ ਹੈ ਵੀ ਮੁੱਖ ਮੰਤਰੀ ਗਲੀ ਗਲੀ ਜਾ ਕੇ ਉਹ ਲੱਭਦੇ ਫਿਰਨ ਕਿਹਦੇ ਕੋਲ ਪੁੜੀ ਹੈ ਕਿਹੜਾ ਵੇਚਦਾ ਇਹ ਕੰਮ ਹੈ ਲੋਕਾਂ ਦਾ ਜਦ ਤੱਕ ਲੋਕ ਸਾਥ ਨਹੀਂ ਦੇਣਗੇ ਇੰਨਾ ਜ਼ਰੂਰ ਹੈ ਵੀ ਜੇ ਕੈਪਟਨ ਸਾਹਿਬ ਨੇ ਰੀੜ੍ਹ ਦੀ ਹੱਡੀ ਨਾ ਤੋੜੀ ਹੋਵੇ ਸਮਗਲਰਾਂ ਦੀ ਉਹਨਾਂ ਸਮਗਲਰਾਂ ਦੀ ਜਿਹੜੇ ਇੱਕ ਚਿੱਟਾ ਵੇਚਦੇ ਨੇ ਜੇ ਨਾ ਤੋੜੀ ਹੋਵੇ ਤਾਂ ਤੁਸੀਂ ਇਲਜ਼ਾਮ ਲਾ ਸਕਦੇ ਬਾਲ ਸਾਹਿਬ ਤੁਸੀਂ ਕੈਪਟਨ ਸਰਕਾਰ ਨੂੰ ਪਹਿਲਾਂ ਵੀ ਨਸ਼ੇ ਦੇ ਮੁੱਦੇ ਦੇ ਉੱਤੇ ਘੇਰਿਆ ਗਾ ਹੁਣ ਕੱਲ੍ਹ ਪੱਤਰਕਾਰਾਂ ਨੇ ਪੁੱਛਿਆ ਮੁਹੰਮਦ ਸਦੀਕ ਜੀ ਨੂੰ ਕਿ ਨਸ਼ਾ ਹਾਲੇ ਤੱਕ ਖਤਮ ਨਹੀਂ ਹੋਇਆ ਕੈਪਟਨ ਸਾਹਿਬ ਨੇ ਸਹੁੰ ਖਾਧੀ ਸੀ ਉਹ ਕਹਿੰਦੇ ਕੈਪਟਨ ਸਾਹਿਬ ਹੁਣ ਘਰ ਘਰ ਜਾ ਕੇ ਥੋੜ੍ਹਾ ਨਸ਼ਾ ਲੱਭਣਗੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਪਏ ਉਹ ਇਹ ਜਿਹੀ ਉਹਨਾਂ ਦੀ ਹਾਲਤ ਅੱਧੇ ਕਿਤਾਬ ਹੀ ਨਸ਼ਾ ਕਰਦੇ ਮੈਨੂੰ ਨਹੀਂ ਪਤਾ ਕੌਣ ਕਰਦਾ ਕੌਣ ਨਹੀਂ ਐਵੇਂ ਕੱਲ੍ਹ ਨੂੰ ਹੋਰ ਮੇਰੇ ਆਪ ਤਾਂ ਪੁੱਛ ਰਹੇ ਲੋਕ ਵੀ ਪੁੱਛ ਰਹੇ ਮੀਡੀਆ ਨਹੀਂ ਪੁੱਛ ਰਹੇ ਨਹੀਂ ਉਹ ਤਾਂ ਉਹ ਦੱਸਣ ਨਾ ਜਿੰਨਾ ਨਹੀਂ ਪਤਾ ਗੁਟਕੇ 'ਤੇ ਹੱਥ ਰੱਖ ਕੇ ਪਹਿਲਾਂ ਤਾਂ ਕਦੇ ਕਿਸੇ ਨੂੰ ਗੁਟਕੇ 'ਤੇ ਹੱਥ ਰੱਖ ਕੇ ਗੁਰਦੁਆਰੇ ਦੇ ਸਾਹਮਣੇ ਹੱਥ ਕਰਕੇ ਸਹੁੰ ਨਹੀਂ ਖਾਣੀ ਚਾਹੀਦੀ ਇਹ ਇੱਕ ਮਤਲਬ ਚੰਗਾ ਨਹੀਂ ਅਤੇ ਉਹਨਾਂ ਨੇ ਤਾਂ ਗੁਟਕੇ 'ਤੇ ਹੱਥ ਰੱਖ ਕੇ ਅਤੇ ਦਰਬਾਰ ਸਾਹਿਬ ਦੇ ਸਾਹਮਣੇ ਤਲਵੰਡੀ ਸਾਹਿਬ ਸਹੁੰ ਖਾਂਦੀ ਸੀ ਕਿ ਮੈਂ ਹਰ ਘਰ ਦੇ ਇੱਕ ਬੱਚੇ ਨੂੰ ਨੌਕਰੀ ਦਿਆਂਗਾ ਅਤੇ ਨਸ਼ਾ 7 ਦਿਨਾਂ 'ਚ ਬੰਦ ਕਰ ਦਿਉ ਉਦੋਂ ਸਮਝਣਾ ਚਾਹੀਦਾ ਨਸ਼ਾ ਕੋਈ ਹੈ ਤਾਂ ਨਹੀਂ ਬਿਜਲੀ ਦੀ ਸਵਿੱਚ ਬੰਦ ਕਰਨੀ ਹੈ ਸਵਾਲ ਇੱਕੋ ਪੁੱਛਾਂਗੇ ਵੱਡਾ ਸਵਾਲ ਅਸੀਂ ਇਹ ਪੁੱਛਾਂਗੇ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਿਹਾ ਨਸ਼ਾ ਸਿਆਸਤ ਲਈ ਕੌਮੀ ਮੁੱਦਾ ਕਿਉਂ ਨਹੀਂ ਇਸੇ ਸਵਾਲ 'ਤੇ ਅਸੀਂ ਬਹਿਸ ਕਰਾਂਗੇ ਖਾਸ ਪੈਨਲ ਸਾਡਾ ਮੌਜੂਦ ਹੈਗਾ ਉਹਨਾਂ ਤੁਹਾਡਾ ਤਾਰਫ ਕਰਾ ਰਹੇ ਡਾਕਟਰ ਪਹਿਲਾ ਗਰਗ ਇਹ ਐਕਸਪਰਟ ਦੇ ਤੌਰ 'ਤੇ ਸਾਡਾ ਮੌਜੂਦ ਰਹਿਣਗੇ ਸਾਬਕਾ ਰਜਿਸਟਰ ਨੇ ਬਾਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਿਸ 'ਤੇ ਇਹੋ ਯੂਨੀਵਰਸਿਟੀ ਹੈ ਜਿਨ੍ਹਾਂ ਨੇ ਡਰੱਗ ਦੇ ਮਾਮਲੇ ਵਿੱਚ ਕੰਮ ਕਰਨ ਦਾ ਦਾਅਵਾ ਕੀਤਾ ਹੈਗਾ ਅਤੇ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਪਹਿਲਾ ਗਰਗ ਤੋਂ ਵੀ ਕਿੰਨਾ ਕੰਮ ਹੋਇਆ ਗਰਗ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸੁਰਜੀਤ ਸਿੰਘ ਸਵੈਚ ਕਾਂਗਰਸ ਦੇ ਬੁਲਾ ਰਹੇ ਆ ਅਮਰਜੀਤ ਸਿੰਘ ਧਾਰਨੀ ਸ਼੍ਰੋਮਣੀ ਅਕਾਲੀ ਦਲ ਬੁਲਾ ਰਹੇ ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਦੇ ਬੁਲਾ ਰਹੇ ਆ ਬੂਟਾ ਸਿੰਘ ਬੈਰਾਕੀ ਪੰਜਾਬ ਏਕਤਾ ਪਾਰਟੀ ਦੇ ਬੁਲਾ ਰਹੇ ਸਾਰੇ ਮੈਂ ਉਹਨਾਂ ਦਾ ਬਹੁਤ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਲ ਸਵੈਚ ਸਾਹਿਬ ਤੁਹਾਨੂੰ ਕਰਨਾ ਚਾਹੁੰਗਾ ਸਵੈਚ ਸਾਹਿਬ ਮੁਹੰਮਦ ਸਦੀਕ ਸਾਹਿਬ ਕਹਿੰਦੇ ਆ ਕਿ ਕੈਪਟਨ ਸਾਹਿਬ ਗਲੀ ਗਲੀ ਜਾ ਕੇ ਪੁੜੀਆਂ ਲਾਉਂਦੇ ਫਿਰ ਕਿਹੋ ਜਿਹਾ ਬੇਤੁਕਾ ਬਿਆਨ ਹੈ ਕਿ ਸਹੀ ਬਿਆਨ ਹੈ ਉਹਨੇ ਗੱਲ ਉਹਦਾ ਜਿਹੜਾ ਕਹਿਣ ਦਾ ਮਤਲਬ ਇਹ ਹੈਗਾ ਵੀ ਜਿਹੜਾ ਸਰਕਾਰ ਦਾ ਕੰਮ ਹੈਗਾ ਜੀ ਉਹ ਸਰਕਾਰ ਦਾ ਕੰਮ ਹੈਗਾ ਵੱਡੇ ਲੈਵਲ 'ਤੇ ਜਿਹੜੀ ਸਪਲਾਈ ਹੈ ਜਿਹੜੇ ਪੈਡਲਰਸ ਨੇ ਸਮਗਲਰ ਨੇ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਅਤੇ ਡਿਮਾਂਡ ਅਤੇ ਸਪਲਾਈ ਦੋਨਾਂ ਨੂੰ ਹੈਗਾ ਵੱਡੇ ਤੌਰ 'ਤੇ ਘੱਟ ਕਰਨਾ ਅਤੇ ਬੰਦ ਕਰਨ ਦੀ ਕੋਸ਼ਿਸ਼ ਨਹੀਂ ਹੋ ਸਕੀ ਅਲਟੀਮੇਟਲੀ ਜਿਹੜੀ ਦੇਖੋ ਨਸ਼ਾ ਜਿਹੜਾ ਹੈਗਾ ਅਲਟੀਮੇਟਲੀ ਤਾਂ ਬੰਦੇ ਆਪਦੇ ਹੱਥ ਹੈਗਾ ਮੈਂ ਕਰਨਾ ਕਿ ਨਹੀਂ ਕਰਨਾ ਜੀ ਅਲਟੀਮੇਟ ਜਦੋਂ ਤੁਸੀਂ ਕਹੋ ਨਾ ਜੀ ਕਿ 100% ਨਸ਼ਾ ਖਤਮ ਕਰਨਾ ਅਗਰ ਮੈਂ ਨਸ਼ਾ ਲੈਣਾ ਚਾਹੁੰਦਾ 100% ਦੀ ਗੱਲ ਨਹੀਂ ਕਰਦੇ ਸਵੈਸ ਸਾਹਿਬ ਵੈਸੇ ਵੀ ਨਾ ਜੀ ਤੁਹਾਡੇ ਲੀਡਰ ਤੋਂ ਇੱਕ ਸਵਾਲ ਕੀਤਾ ਜਾਂਦਾ ਬਹੁਤ ਸਿੰਪਲ ਉੱਥੇ ਪੱਤਰਕਾਰ ਸਵਾਲ ਪੁੱਛਦੇ ਪਏ ਆ ਉਹਨਾਂ ਦੀ ਇਹ ਟਿੱਪਣੀ ਨਾਲ ਕਾਂਗਰਸ ਪਾਰਟੀ ਇਤਫਾਕ ਰੱਖਦੀ ਕਿ ਨਹੀਂ ਰੱਖਦੀ ਬੜਾ ਸਿੰਪਲ ਸਵਾਲ ਆ ਦੇਖੋ ਉਹਦੀ ਗੱਲ ਉਹਦਾ ਜਿਹੜਾ ਕਹਿਣ ਦਾ ਮਤਲਬ ਇਹ ਸੀਗਾ ਕਿ ਅਲਟੀਮੇਟਲੀ ਜਦੋਂ ਨਸ਼ਾ ਮੁੱਕਣਾ ਹੈ ਨਸ਼ਾ ਮੁੱਕਣਾ ਹਰ ਇੱਕ ਵਿਅਕਤੀ ਨੂੰ ਹਰ ਇੱਕ ਜਾਤੀ ਤੌਰ ਤੇ ਇੰਡੀਵਿਜੁਅਲ ਲੈਵਲ ਤੇ ਤੁਸੀਂ ਗੋਲਮੋਲੀ ਘੁੰਮੇ ਜਾਂਦੇ ਹੋ ਸਵੈਸ ਸਾਹਿਬ ਪਰਿਵਾਰ ਨੂੰ ਤੁਸੀਂ ਮੈਂ ਸਿੰਪਲ ਸਵਾਲ ਕਰ ਰਿਹਾ ਕਾਂਗਰਸ ਪਾਰਟੀ ਇਤਫਾਕ ਰੱਖਦੀ ਹੈ ਮੁਹੰਮਦ ਸਦੀਕ ਦੇ ਬਿਆਨ ਦੇ ਨਾਲ ਕਿ ਨਹੀਂ
ਕਾਂਗਰਸ ਪਾਰਟੀ ਦੀ ਗੱਲ ਠੀਕ ਗੱਲ ਕੋਈ ਮਾੜੀ ਗੱਲ ਤਾਂ ਕਹੀ ਨਹੀਂ ਉਹਨੇ ਮਾੜੀ ਗੱਲ ਨਹੀਂ ਹਰ ਬੰਦਾ ਆਪਣੇ ਤਾਰੇ ਸਾਹਿਬ ਤਾਰੇ ਸਾਹਿਬ ਤਾਰੇ ਸਾਹਿਬ ਬਿੱਲ ਦਾ ਕੋਈ ਸੱਚਤਾ ਹੈ ਨਹੀਂਗਾ ਪੰਜ ਵਾਰ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲੇ ਬਿਆਨ ਦੇ ਰਿਹਾ ਤੇ ਨਾਲ ਇਹ ਕਹਿ ਰਿਹਾ ਅਧਿਕ ਤਾਂ ਆਪ ਹੀ ਕਰਦੇ ਮੈਨੂੰ ਪਹਿਲਾਂ ਅੱਧਿਆ ਦਾ ਜਵਾਬ ਦੇ ਦਿਓ ਸਵਿੱਚ ਤਾਂ ਮੈਂ ਬਾਅਦ ਪੁੱਛੂੰਗਾ ਅੱਧੇ ਕੌਣ ਆ ਅੱਧੇ ਕੌਣ ਹੈ ਜੀ ਤੁਸੀਂ ਪਿਛਲੇ ਟਾਈਮ ਦੇ ਵਿੱਚ ਦੇਖਿਆ ਜਿਹੜੇ ਬੰਦੇ ਡਾਕਟਰ ਗਾਂਧੀ ਵਰਗੇ ਮੈਂਬਰ ਪਾਰਲੀਮੈਂਟ ਮੂਹਰੇ ਡਾਕਟਰ ਲੱਗਿਆ ਵਾ ਉਹ ਧਾਰੀ ਸਾਹਿਬ ਮੁੱਦੇ ਨੂੰ ਡਾਈਵਰਟ ਨਾ ਕਰੋ ਨਹੀਂ ਧਾਰੀ ਸਾਹਿਬ ਨਾ ਜਿਹੜੇ ਨਹੀਂ ਧਾਰੀ ਸਾਹਿਬ ਨਹੀਂ ਨਹੀਂ ਮੁੱਦੇ ਨੂੰ ਡਾਈਵਰਟ ਨਾ ਕਰੋ ਨਹੀਂ ਧਾਰੀ ਸਾਹਿਬ ਨਹੀਂ ਕਰ ਸਕਦੇ ਤੁਸੀਂ ਮੁੱਦੇ ਨੂੰ ਡਾਈਵਰਟ ਨਹੀਂ ਕਰ ਸਕਦੇ ਧਾਰੀ ਸਾਹਿਬ ਤੁਸੀਂ ਮੈਨੂੰ ਸਿੰਪਲ ਸਵਾਲ ਕਰ ਰਹੇ ਹੋ ਦੱਸੋ ਕੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਹ ਗੱਲ ਜਦੋਂ ਕਹਿਣ ਕਿ ਅਸੀਂ ਅਧਿਕ ਤਾਂ ਆਪ ਵੀ ਕਰ ਦਿਓ ਜਵਾਬ ਦਿਓ ਧਾਰੀ ਸਾਹਿਬ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਡਾਕਟਰ ਗਾਂਧੀ ਨੂੰ ਵਿੱਚ ਇਨਵੋਲ ਕਰ ਰਹੇ ਮਿਲਿਆਂਗੇ ਡਾਕਟਰ ਗਾਂਧੀ ਨੂੰ ਇਹ ਗੱਲ ਸੁਣੋ ਜਿਹੜੇ ਪੰਜ ਵਾਰ ਦੇ ਮੁੱਖ ਮੰਤਰੀ ਹੈਗੇ ਉਹਨਾਂ ਨਾਲ ਇਹ ਵੀ ਕਹਿਤਾ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਕੱਲ ਨੂੰ ਮੈਨੂੰ ਕਿਉਂ ਨਹੀਂ ਨਾਮ ਲੈਣਾ ਚਾਹੁੰਦੇਗੇ ਸਾਡੀ ਸਰਕਾਰ ਤੇ ਇਲਜ਼ਾਮ ਲੱਗਦੇ ਨੇ ਤੁਸੀਂ ਨਾਮ ਕਿਉਂ ਨਹੀਂ ਲੈਣਾ ਚਾਹੁੰਦੇਗੇ ਬਿਲਕੁਲ ਨਹੀਂ ਸਾਡੀ ਸਰਕਾਰ ਦੇ ਵਿੱਚ ਇੱਕ ਤੇ ਕਿਸੇ ਤੇ ਇਲਜ਼ਾਮ ਨਹੀਂ ਤੁਸੀਂ ਲਾ ਸਕਦੇ ਬਿਲਕੁਲ ਦੇਖੋ ਸਾਡੀ ਤੁਸੀਂ ਨਾਮ ਕਿਉਂ ਨਹੀਂ ਲੈਣਾ ਤੁਸੀਂ ਕਹਿ ਰਹੇ ਹੋ ਅਧਿਕ ਤਾਂ ਆਪ ਵੀ ਕਰਦੇ ਆ ਉਹ ਅਧਿਕ ਕਿਹੜੇ ਆ ਉਹਨਾਂ ਦਾ ਜਵਾਬ ਦਿਓ ਤਾਰੀ ਸਾਹਿਬ ਜਿਹੜੇ ਕਹਿ ਰਹੇ ਆ ਤੁਹਾਡੇ ਸਾਹਮਣੇ ਹੀ ਆ ਕੌਣ ਹੈ ਬਿਆਨ ਦੇ ਰਹੇ ਮਾਮਾ ਸਦੀਕ ਵਰਗੇ ਜਿਹੜੇ ਬਿਆਨ ਦੇ ਰਹੇ ਮਾਮਾ ਸਦੀਕ ਨਿਸ਼ੇੜੀ ਹੈ ਤਾਰੀ ਸਾਹਿਬ ਮੈਂ ਨਿਸ਼ੇੜੀ ਕਿਸੇ ਨਹੀਂ ਕਹਿੰਦਾ ਤੁਸੀਂ ਖੁਦ ਕਹਿ ਰਹੇ ਹੋ ਕਹਾ ਕਿਸੇ ਨਿਸ਼ੇੜੀ ਖੁਦ ਕਹਿ ਰਹੇ ਹੋ ਤੁਸੀਂ ਦੇਖੋ ਇੱਕ ਮਿੰਟ ਮੈਂ ਸ਼ਬਦ ਤੁਹਾਡੇ ਮੂੰਹ ਚ ਨਹੀਂ ਪਾ ਰਿਹਾ ਤਾਰੀ ਸਾਹਿਬ ਮੈਂ ਸਵਾਲ ਬੜਾ ਸਿੰਪਲ ਕਰ ਰਿਹਾ ਅਧਿਕ ਕੌਣ ਹੈ ਮੇਰੇ ਤੋਂ ਕਿਉਂ ਕਹਾ ਰਹੇ ਆ ਮੈਂ ਕਿਉਂ ਕਿਸੇ ਨੂੰ ਲਾਪਰਵਾਹੀ ਵਾਲਾ ਬਿਆਨ ਹੈ ਨਹੀਂ ਨਹੀਂ ਬਿਲਕੁਲ ਲਾਪਰਵਾਹੀ ਵਾਲਾ ਬਿਆਨ ਹੈ ਤੁਹਾਨੂੰ ਵੀ ਸੋਚਿਆ ਸਮਝਿਆ ਬਿਆਨ ਹੈ ਪ੍ਰੈਸ ਨੂੰ ਸਾਰੀ ਨੂੰ ਪਤਾ ਹੈਗਾ ਵੀ ਕੌਣ ਕੌਣ ਕਰਦੇ ਆ ਕੌਣ ਕੌਣ ਨਹੀਂ ਕਰਦੇ ਹੈਗੇ ਬਿਲਕੁਲ ਸਾਰੀ ਪ੍ਰੈਸ ਨੂੰ ਪਤਾ ਹੈਗਾ ਹੁਣ ਜੇ ਤੁਸੀਂ ਜਾਣ ਕੇ ਇੱਕ ਬਾਦਲ ਸਾਹਿਬ ਵੱਲ ਨੂੰ ਉਂਗਲੀ ਜਾਣ ਕੇ ਮਤਲਬ ਕੀ ਹੋਇਆ ਧਾਰਨੀ ਸਾਹਿਬ ਤੁਸੀਂ ਸਾਡੇ ਦਾ ਸਵਾਲ ਚੁੱਕੀ ਜਾਂਦੇ ਹੋ ਬਾਦਲ ਸਾਹਿਬ ਕਹਿੰਦੇ ਮੈਨੂੰ ਪੰਜਾਬ ਚ ਤੁਰੀ ਜਾਂਦੀ ਕੀੜੀ ਦਾ ਪਤਾ ਲੱਗ ਜਾਂਦਾ ਹੈ ਮੈਂ ਤੁਹਾਡੇ ਤੇ ਕੋਈ ਸਵਾਲ ਨਹੀਂ ਚੱਕਦਾ ਤੁਸੀਂ ਸਵਾਲ ਕਰ ਰਹੇ ਹੋ ਧਾਰਨੀ ਸਾਹਿਬ ਬਿਲਕੁਲ ਨਹੀਂ ਸਵਾਲ ਕਰਦੇ ਅਸੀਂ ਤਾਂ ਇਹ ਉਹ ਬਾਦਲ ਸਾਹਿਬ ਨੇ ਜਵਾਬ ਵੀ ਦਿੱਤਾ ਵੀ ਬਾਬਾ ਮੈਂ ਨਹੀਂ ਕਿਸੇ ਦਾ ਨਾਮ ਲੈਣਾ ਚਾਹੁੰਦਾ ਪਰ ਬਾਦਲ ਸਾਹਿਬ ਨੇ ਬੜਾ ਸੋਚ ਕੇ ਉਹਦੇ ਪਾਸੇ ਹੋ ਜੋ ਇਹ ਗੱਲ ਕਹਿ ਕੇ ਮੈਂ ਨਹੀਂ ਕਿਸੇ ਦਾ ਨਾਮ ਲੈਣਾ ਚਾਹੁੰਦਾ ਕਾ ਪੰਜਾਬ ਨੂੰ ਬਦਨਾਮ ਕਰਤਾ ਨਸ਼ੇ ਨਾਮ ਤੇ ਸਾਰੇ ਲੋਕਾਂ ਨੇ ਦੇਖੋ ਗੱਲ ਇਹ ਹੈ ਕੇਪੀ ਜੀ ਤੁਸੀਂ ਬਾਦਲ ਸਾਹਿਬ ਵਾਲੀ ਗੱਲ ਨੂੰ ਜ਼ਿਆਦਾ ਚੱਕ ਰਹੇ ਆ ਜਿਹੜਾ ਅਸਲ ਮੁੱਦਾ ਹੈਗਾ ਜਿਹੜਾ ਮੁਹੰਮਦ ਸਦੀਕ ਦਾ ਤੁਹਾਡੇ ਵੱਲ ਨੂੰ ਕਿੰਤੂ ਕਰਕੇ ਉਂਗਲੀ ਕਰਕੇ ਕਿਹਾ ਗਿਆ ਕਿ ਤੁਸੀਂ ਪ੍ਰੈਸ ਵਾਲੇ ਬਿਨਾਂ ਮਤਲਬ ਦੇ ਕੁਐਸਚਨ ਪੁੱਛਦੇ ਹੈਗੇ ਆ ਤੁਸੀਂ ਉਸ ਗੱਲ ਨੂੰ ਚੱਕੋ ਔਰ ਜਿਹੜਾ ਐਡਮਿਟ ਕਰ ਰਿਹਾ ਹੈਗਾ ਕਿ ਇੱਕ ਦਿਨ ਦੇ ਵਿੱਚ ਨਸ਼ਾ ਨਹੀਂ ਖਤਮ ਹੋ ਸਕਦਾ ਲੋਕਾਂ ਨੇ ਨਸ਼ਾ ਖਤਮ ਕਰਨਾ ਫਿਰ ਇਹਨਾਂ ਤੋਂ ਕੀ ਕਰਾਉਣਾ ਇਹ ਗੁਟਕੇ ਚੱਕ ਚੱਕ ਕੇ ਕਿਹਦੇ ਲਈ ਨਸ਼ੇ ਉਹ ਕਰ ਰਹੇ ਸੀ ਬੰਦ ਕਰ ਰਹੇ ਸੀ ਠੀਕ ਐਡਮਿਨਿਸਟ੍ਰੇਸ਼ਨ ਕਿਹਦੀ ਹੈਗੀ ਆ ਜ਼ਿੰਮੇਵਾਰੀ ਕਿਹਦੀ ਹੈਗੀ ਸਰਕਾਰ ਦੀ ਸਾਹਿਬ ਨੇ ਵੀ ਸਾਨੂੰ ਸਮਝਾਇਆ ਤੁਸੀਂ ਵੀ ਸਾਨੂੰ ਸਮਝਾ ਰਹੇ ਹੋ ਵੀ ਕਿਹੜੇ ਮੁੱਦੇ ਸਾਨੂੰ ਗੱਲ ਕਰਨੀ ਚਾਹੀਦੀ ਬਹੁਤ ਵਧੀਆ ਤਾਰੇ ਸਾਹਿਬ ਸਗੜਾ ਸਾਹਿਬ ਤੁਹਾਡੇ ਲਈ ਤਾਂ ਬਹੁਤ ਦਿੱਕਤ ਹੈ ਇਸ ਮੁੱਦੇ ਤੇ ਗੱਲ ਕਰਨੀ ਕੋਈ ਦਿੱਕਤ ਨਹੀਂ ਸਾਡੇ ਲਈ ਸੱਚ ਬੋਲਣ ਵਾਲੇ ਬੰਦੇ ਨੂੰ ਕੋਈ ਦਿੱਕਤ ਨਹੀਂ ਸੱਚ ਬੋਲਣ ਵਾਲੀ ਪਾਰਟੀ ਨੂੰ ਅਸੂਲਾਂ ਤੇ ਚੱਲਣ ਵਾਲੀ ਪਾਰਟੀ ਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਨਾ ਜਿਹੜੀ ਗੱਲ ਮੁਹੰਮਦ ਸਦੀਕ ਨੇ ਕੀਤੀ ਹੈ ਉੱਥੋਂ ਚੋਣ ਲੜ ਰਹੇ ਨੇ ਜਿਹੜੀ ਗੱਲ ਬਹੁਤ ਗੈਰ ਜ਼ਿੰਮੇਵਾਰਾਨਾ ਗੱਲ ਕੀਤੀ ਹੈ ਉਹਨਾਂ ਨੇ ਕਿ ਕੈਪਟਨ ਸਾਹਿਬ ਪੁੜੀਆਂ ਲੱਭਦੇ ਫਿਰਨ ਇੱਕ ਸਰਕਾਰ ਦਾ ਸਿਸਟਮ ਹੈ ਇੱਕ ਸਰਕਾਰ ਨੇ ਕਿਸੇ ਵੀ ਲਾਅ ਨੂੰ ਇਨਫੋਰਸ ਕਰਨਾ ਹੈ ਕਿਸੇ ਵੀ ਚੀਜ਼ ਨੂੰ ਦਾ ਸੁਧਾਰ ਕਰਨਾ ਆ ਉਹ ਉੱਪਰੋਂ ਲੈ ਕੇ ਥੱਲੇ ਤੱਕ ਪੈਰਾਫਨੀਲੀਆ ਆ ਸਾਰਾ ਪੁਲਿਸ ਹੈਗੀ ਆ ਡਿਪਾਰਟਮੈਂਟਸ ਨੇ ਸੂਈਆ ਏਜੰਸੀਆਂ ਨੇ ਇਕੱਲਾ ਇਹੀ ਥੋੜ੍ਹੀ ਆ ਵੀ ਨਸ਼ਾ ਖਤਮ ਕਰਨ ਦਾ ਵੀ ਪ੍ਰੋਸੀਜਰ ਹੈ ਤੁਸੀਂ ਜਿਹੜੇ ਬੱਚੇ ਨਸ਼ਿਆਂ 'ਚ ਲੱਗ ਗਏ ਆ ਉਹਨਾਂ ਬੱਚਿਆਂ ਨੂੰ ਪਹਿਲੀ ਗੱਲ ਤਾਂ ਨਸ਼ੇ ਦੀ ਸਪਲਾਈ ਲਾਈਨ ਤੋੜਨਾ ਆ ਫਿਰ ਉਹਨਾਂ ਦਾ ਇਲਾਜ ਕਰਾਉਣਾ ਆ ਫਿਰ ਉਹਨਾਂ ਦਾ ਮਨੋਵਿਗਿਆਨਕ ਇਲਾਜ ਵੀ ਕਰਾਉਣਾ ਆ ਫਿਰ ਕੁਛ ਰਿਸਰਚ ਦੱਸਦੀ ਆ ਵੀ ਕੁਛ ਬੱਚੇ ਫਿਰ ਵਾਪਸ ਆ ਜਾਂਦੇ ਆ ਕਿਉਂਕਿ ਜਿਹੜਾ ਮੇਨ ਨਸ਼ੇ ਦੇ ਲੱਗਣ ਦੇ ਕਾਰਨ ਜਿਹੜੇ ਆ ਬੇਰੁਜ਼ਗਾਰੀ ਈਜ਼ੀ ਸਪਲਾਈ ਅਤੇ ਹੋਰ ਜਿਹੜੇ ਕਾਰਨ ਹੈਗੇ ਆ ਉਹ ਵੀ ਸਾਰੇ ਐਲੀਮੀਨੇਟ ਕਰਨੇ ਆ ਇੱਕ ਪ੍ਰੋਸੀਜਰ ਹੈ ਨਸ਼ਾ ਛੁਡਾਉਣ ਦਾ ਅਤੇ ਨਾਲੇ ਅਸੀਂ ਤਾਂ ਕਿਹਾ ਹੀ ਨਹੀਂ ਹੈ ਵੀ ਕੈਪਟਨ ਸਾਹਿਬ ਘਰੋ ਘਰ ਜਾ ਕੇ ਪੁੜੀਆਂ ਲੱਭਦੇ ਫਿਰਨ ਅਸੀਂ ਤਾਂ ਕਿਹਾ ਸੀ ਵੱਡੇ ਤਸਕਰਾਂ ਨੂੰ ਹੱਥ ਪਾਓ ਪਰ ਇਹਨਾਂ ਨੇ ਕੀਤਾ ਤਾਂ ਪੁੜੀਆਂ ਵਾਲੇ ਹੀ ਅੰਦਰ ਕੀਤੇ ਆ ਜਿਹੜੇ ਬੱਚੇ ਨਸ਼ੇ ਤੇ ਲੱਗੇ ਹੋਏ ਸੀ ਜਾਂ ਜਿਹੜੇ ਵੱਡੇ ਬੰਦੇ ਵੀ ਨਸ਼ੇ ਤੇ ਲੱਗੇ ਹੋਏ ਸੀ ਜਿਹੜੇ ਨਸ਼ੇ ਤੋਂ ਪੀੜਤ ਸੀਗੇ ਇਸ ਮਾਫੀਆ ਤੋਂ ਨਸ਼ੇ ਦਾ ਮਾਫੀਆ ਜਿਹੜਾ ਪੰਜਾਬ 'ਚ ਹੈਗਾ ਉਹਦੇ ਤੋਂ ਪੀੜਤ ਸੀਗੇ ਉਹਨਾਂ ਦੇ ਤੱਕ ਮੁਕੱਦਮੇ ਦਰਜ ਕਰਤੇ ਕਿਸੇ ਕੋਲ ਇੰਨੇ ਗ੍ਰਾਮ ਮਿਲੀ ਜੀ ਕਿਸੇ ਕੋਲ ਇੰਨਾ ਮਿਲਿਆ ਕਿਹਾ ਮਿਲਿਆ ਤੇ ਨੰਬਰ 2 ਤੇ ਜੋ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਜਵਾਬ ਦਿੱਤਾ ਹੈ ਉਹ ਵੀ ਬਹੁਤ ਗੈਰ ਜ਼ਿੰਮੇਵਾਰਾਨਾ ਹੈ ਮੈਂ ਦੋਨੋਂ ਬਿਆਨ ਗੈਰ ਜ਼ਿੰਮੇਵਾਰ ਹਾਂ ਬਿਲਕੁਲ ਮੁੱਖ ਮੰਤਰੀ ਸਾਹਿਬ ਦੀ ਜ਼ਿਆਦਾ ਜ਼ਿੰਮੇਵਾਰੀ ਬਣਦੀ ਆ ਉਹ ਹਾਸਾ ਮਸ਼ਕਰੀ ਕਰ ਰਹੇ ਆ ਇਸ ਟੌਪਿਕ ਤੇ ਲੋਕਾਂ ਦੇ ਬੱਚੇ ਮਰ ਗਏ ਲੋਕਾਂ ਦੇ ਘਰ ਤਬਾਹ ਹੋ ਗਏ ਤੇ ਉਹਨਾਂ ਨੇ ਇਸ ਗੱਲ ਤੇ ਮਜ਼ਾਕ ਸੋਚਿਆ ਬੁੱਢਾ ਸਿੰਘ ਬਰਾਗੀ ਬੁੱਢਾ ਸਿੰਬਰਾ ਬਿਲਕੁਲ ਮਜ਼ਾਕ ਕੀਤਾ ਬੁੱਢਾ ਸਿੰਬਰਾ ਤੁਸੀਂ ਵੀ ਇਤਫਾਕ ਰੱਖਦੇ ਹੋ ਵੀ ਇਹ ਦੋਨੋਂ ਬਿਆਨ ਆ ਜਿਹੜੇ ਉਹ ਗੈਰ ਜ਼ਿੰਮੇਵਾਰ ਜਿੱਥੋਂ ਤੱਕ ਮੁਹੰਮਦ ਸਦੀਕ ਦੀ ਗੱਲ ਹੈਗੀ ਆ ਉਹਨੂੰ ਤਾਂ
ਪੰਜਾਬ ਦੇ ਵਿੱਚ ਬੜਾਵਾ ਦਿੱਤਾ। ਇਹਨਾਂ ਦਾ ਇਹੀ ਬਿਆਨ ਗੈਰ ਜ਼ਿੰਮੇਵਾਰਾਨਾ ਨਹੀਂ ਸੀ, ਇਹਨਾਂ ਦੇ ਅਨੇਕਾਂ ਗੀਤ ਵੀ ਗੈਰ ਜ਼ਿੰਮੇਵਾਰਾਨਾ ਸੀਗੇ। ਅਸੀਂ ਪਿੰਡਾਂ ਦੇ ਵਿੱਚ ਦੇਖਦੇ ਹਾਂ, ਕਰਦੇ ਹਾਂ, ਦੇਖਦੇ ਆਏ ਹਾਂ। ਜਿੱਥੋਂ ਤੱਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਆ, ਬਹੁਤ ਸ਼ਰਮ ਦੀ ਗੱਲ ਆ। ਪੰਜ ਵੇਰ ਦਾ ਮੁੱਖ ਮੰਤਰੀ, ਲੋਕਾਂ ਨੇ ਉਹਨੂੰ ਲੀਡਰ ਮੰਨਿਆ ਅਤੇ ਲੀਡਰ ਚੁਣਿਆ। ਜਿਹੜੀ ਮੈਂ ਗੱਲ ਕਹਿਣ ਜਾ ਰਿਹਾ KP ਸਿੰਘ ਜੀ, ਚੰਗਾ ਹੁੰਦਾ ਜੇ ਅੱਜ ਨਾਲ ਉਹ ਇਹ ਵੀ ਸਟੇਟਮੈਂਟ ਦੇ ਦਿੰਦੇ ਜਿੱਥੇ ਉਹਨਾਂ ਨੇ ਅੱਧੇ ਕੁ ਦੀ ਗੱਲ ਕਹੀ ਆ ਵੀ ਡੋਪ ਟੈਸਟ ਕੰਪਲਸਰੀ ਕਰੋ ਜਿਹੜੇ ਵੀ ਲੀਡਰ ਲੜਦੇ ਨੇ, ਕਿਉਂਕਿ ਉਹ 95 ਨੂੰ ਉਪੜੇ ਹੋਏ ਨੇ ਅਤੇ ਅੱਜ ਮੈਨੂੰ ਲੱਗਦਾ ਸਭ ਤੋਂ ਪੁਰਾਣੇ ਅਤੇ ਵੱਡੇ ਸਿਆਸਤਦਾਨ ਨੇ। ਜਿੱਥੇ ਇਹਨਾਂ ਨੇ ਮਸ਼ਕਰੀ ਕੀਤੀ ਆ ਉੱਥੇ ਜ਼ਿੰਮੇਵਾਰਾਂ ਨੂੰ ਸਟੇਟਮੈਂਟ ਵੀ ਦੇ ਦਿੰਦੇ ਵੀ ਜਿਹੜੇ ਲੀਡਰ ਕੰਪੇਨ ਕਰਨ ਜਾਣਗੇ ਕਾਂਗਰਸ ਦੇ ਨਹੀਂ ਜਾਣਗੇ, ਦੂਜੀਆਂ ਪਾਰਟੀਆਂ ਦੇ ਨਹੀਂ ਜਾਣਗੇ, ਪਰ ਅਕਾਲੀ ਦਲ ਦੇ ਜਿਹੜੇ ਜਾਣਗੇ ਜਾਂ ਕੈਂਡੀਡੇਟ ਖੜਾਂਗੇ ਉਹਨਾਂ ਦੇ ਡੋਪ ਟੈਸਟ ਜ਼ਰੂਰ ਹੋਣਗੇ। ਪਰ ਬਾਦਲ ਸਾਹਿਬ ਦੇ ਨੇੜੇ ਤੇੜੇ ਇਹੋ ਜਿਹੀ ਕੋਈ ਸਟੇਟਮੈਂਟ ਦੇਸੀ ਨਹੀਂ ਜਿਹੜੀ ਹੋਣੀ ਚਾਹੀਦੀ। ਮੈਂ ਛੋਟਾ ਬ੍ਰੇਕ ਲਵਾਂ, ਮੈਂ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਵਾਪਸ ਆਵਾਂਗੇ। 2017 ਵਿੱਚ ਜਿਹੜਾ ਮੁੱਦਾ ਕਿ 2019 'ਚ ਮੁੱਖ ਤਾਂ ਨਹੀਂ ਗਿਆ, ਬ੍ਰੇਕ ਤੋਂ ਵਾਪਸ ਆ ਕੇ ਪੁੱਛੂੰਗਾ ਜ਼ਰੂਰ। ਵੱਡਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਨੌਜਵਾਨਾਂ ਨੂੰ ਸ਼ਿਕਾਰ ਬਣਾ ਰਿਹਾ ਨਸ਼ਾ, ਸਿਆਸਤ ਲਈ ਕੌਮੀ ਮੁੱਦਾ ਕਿਉਂ ਨਹੀਂ? ਡਾਕਟਰ ਗਰਗ, ਤੁਸੀਂ ਉਸ ਇਲਾਕੇ 'ਚ ਕੰਮ ਕੀਤਾ ਜਿਸ ਇਲਾਕੇ ਤੋਂ ਇਹ ਬਿਆਨ ਆ ਰਹੇ ਆ। ਮੇਰਾ ਸਵਾਲ ਇਹ ਹੈਗਾ ਕਿ ਜਦੋਂ ਸਾਬਕਾ ਮੁੱਖ ਮੰਤਰੀ ਇਹ ਗੱਲ ਕਹਿਣ ਕਿ ਅੱਧੇ ਕੁ ਤਾਂ ਆਪ ਹੀ ਕਰਦੇ, ਇੱਕ ਤਾਂ ਉਹਦਾ ਜਵਾਬ ਦੇ ਦਿਉ। ਇੱਕ ਜਦੋਂ ਮੁਹੰਮਦ ਸਦੀਕ ਇਹ ਕਹਿਣ ਕਿ ਮੁੱਖ ਮੰਤਰੀ ਗਲੀ ਗਲੀ ਜਾ ਕੇ ਪੁੜੀਆਂ ਲੱਭਦੇ ਫਿਰ, ਇੱਕ ਸਵਾਲ ਮੇਰਾ ਹੋਰ ਨਾਲ ਹੈਗਾ। ਮੈਨੂੰ ਇੱਥੋਂ ਅਕਾਲੀ ਦਲ ਦੇ ਬੁਲਾਰੇ ਧਾਰਨੀ ਸਾਹਿਬ ਨੇ ਕਿਹਾ ਕਿ ਤੁਸੀਂ ਬਾਦਲ ਸਾਹਿਬ ਦੇ ਬਿਆਨ ਨੂੰ ਉਭਾਰ ਰਹੇ ਹੋ, ਸਦੀਕ ਸਾਹਿਬ ਦੇ ਬਿਆਨ ਨੂੰ ਨਹੀਂ ਉਭਾਰ ਰਹੇ, ਉਹਦਾ ਵੀ ਫੈਸਲਾ ਨਾਲ ਹੀ ਕਰ ਦਿਓ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਦ ਮੈਂ ਟੈਕਨੀਕਲੀ ਗੱਲ ਇਸ ਨੂੰ ਦੇਖਦਾ ਉਹ ਇਹ ਹੈ ਕਿ ਨਸ਼ੇ ਵਧੇ ਹੋਏ ਨੇ ਅਤੇ ਵਧੇ ਹੋਏ ਨਸ਼ਿਆਂ ਦੇ ਵਿੱਚ ਦੋਨਾਂ ਨੇ ਆਪਦੇ ਜਿਹੜੇ ਬਿਆਨ ਨੇ ਇਸ ਤਰੀਕੇ ਨਾਲ ਦਿੱਤੇ ਨੇ ਵੀ ਜਿਵੇਂ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਣ ਵਾਲੇ। ਨਸ਼ਿਆਂ ਨੂੰ ਖਤਮ ਕਰਨ ਦਾ ਕੋਈ ਨਹੀਂ, ਬਾਦਲ ਸਾਹਿਬ ਦਾ ਈਵਨ ਸਵਿੱਚ ਵਾਲਾ ਹੈ ਤਾਂ ਬਹੁਤ ਪ੍ਰੈਕਟੀਕਲ ਗੱਲ, ਕਿਉਂਕਿ ਸਵਿੱਚ ਤਾਂ ਹੈ ਨਹੀਂ, ਨਸ਼ਾ ਵੀ ਤੁਸੀਂ ਬੰਦ ਕਰ ਦੋਗੇ ਜੇ ਨਹੀਂ ਦੇਖਿਆ ਜਾਵੇ। ਪਰ ਨਹੀਂ, ਮੇਰੀ ਬੇਨਤੀ ਸੁਣੋ, ਪਰ ਉਹ ਸਵਿੱਚ ਦਾ ਮਤਲਬ ਇੱਕ ਲਖਤ ਨਹੀਂ ਬੰਦ ਹੋਣਾ, ਇਹ 'ਚ ਟਾਈਮ ਲੱਗ ਸਕਦਾ, ਇਹ ਤਾਂ ਗੱਲ ਸੱਚੀ ਹੈ। ਪਰ ਉਹਨਾਂ ਨੇ ਸਵਿੱਚ ਦੀ ਗੱਲ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰੀ ਹੈ ਵੀ ਨਾ ਅਸੀਂ ਬੰਦ ਕਰਨਾ, ਨਾ ਇਹਨਾਂ ਨੇ ਬੰਦ ਕਰਨਾ, ਇਹ ਨਸ਼ੇ ਹੀ ਚੱਲਣਗੇ। ਉਹ ਇਹ ਦੱਸਣ ਦੀ ਕੋਸ਼ਿਸ਼ ਕਰੀ ਹੈ ਸਵਿੱਚ ਵਰਕੇ। ਦੂਜਾ, ਜਦੋਂ ਕਹਿੰਦੇ ਨੇ ਵੀ ਅੱਧੇ ਤਾਂ ਕਰਦੇ ਹੀ ਨੇ, ਉਹ ਅੱਧਿਆਂ ਨੂੰ ਛੱਡ ਕੇ ਮੈਨੂੰ ਲੱਗਦਾ ਤੁਸੀਂ ਤਾਂ ਇੰਟਰਪ੍ਰੇਟ ਇਹ ਕਰਦੇ ਵੀ ਉਹਨਾਂ ਨੇ ਕਾਂਗਰਸੀਆਂ ਨੂੰ ਕਿਹਾ, ਮੈਂ ਇਹਨੂੰ ਇੰਟਰਪ੍ਰੇਟ ਕਰਦਾ ਵੀ ਅੱਧੇ ਅੱਧੇ ਸਾਰੇ ਪਾਸੇ ਅੱਧੇ ਕਰਦੇ ਨੇ ਜਿਵੇਂ ਇਹ ਕਹਿੰਦੇ ਨੇ ਵੀ ਅੱਧੇ ਤਾਂ ਕਰਦੇ ਹੀ ਨੇ, ਅੱਧੇ ਫਿਰ ਸਾਰਿਆਂ 'ਚ ਹੀ ਸ਼ਾਮਿਲ ਹੋ ਗਏ। ਅਤੇ ਫਿਰ ਉਹ ਗੱਲ ਜਿਹੜੀ ਕਹਿੰਦੇ ਸੀ, ਹਾਲਾਂਕਿ ਅੱਧੇ ਹੈ ਨਹੀਂ ਪੰਜਾਬ ਦੇ ਵਿੱਚ ਨਸ਼ੇੜੀ, ਅਤੇ 22 ਲੱਖ ਬੰਦਾ ਹੈ ਜਿਹੜਾ ਅਡਿਕਟ ਹੈ ਸ਼ਰਾਬ ਨੂੰ, 16,60,000 ਬੰਦਾ ਅਡਿਕਟ ਹੈ ਜਿਹੜਾ ਤੰਬਾਕੂ ਨੂੰ, ਅਤੇ 2,80,000 ਬੰਦਾ ਜਿਹੜਾ ਅਫੀਮ ਅਤੇ ਅਫੀਮੀ ਪਦਾਰਥ ਨੂੰ ਅਡਿਕਟ ਜਿਹੜਾ, ਬਾਕੀ ਨਸ਼ੇ ਕਰਦੇ ਕੋਲ। ਸੋ ਇਹ ਤਕਰੀਬਨ 42 ਲੱਖ ਬੰਦਾ ਹੈ। ਸੋ 42 ਲੱਖ ਦਾ ਮਤਲਬ ਹੈ ਤਕਰੀਬਨ ਆਪਾਂ ਕਹਿ ਲਈਏ ਹਰ 7ਵਾਂ ਬੰਦਾ ਨਸ਼ੇੜੀ ਹੈ। ਉਹਦੇ 'ਚ ਸ਼ਰਾਬ ਦੇ ਤਾਂ ਠੇਕੇ ਆਪਾਂ ਨੂੰ ਪਤਾ ਹੀ ਹੈ ਕਿਵੇਂ, ਹਾਲਾਂਕਿ ਕੋਸ਼ਿਸ਼ ਕਰੀ ਹੈ ਸਰਕਾਰ ਨੇ ਠੇਕਿਆਂ ਦੀ ਗਿਣਤੀ ਵੀ ਘਟਾਉਣ ਦੀ, ਕੋਟਾ ਵੀ ਘਟਾਉਣ ਦੀ। ਉਹਦੇ 'ਚ ਕਈ ਤਰ੍ਹਾਂ ਦੀਆਂ ਕੰਟਰੋਵਰਸੀਜ਼ ਹੈਗੀਆਂ ਨੇ ਵੀ ਜੀ ਰੈਵਨਿਊ ਘੱਟ ਗਿਆ ਵੱਧ ਗਿਆ ਜੋ ਵੀ ਹੈ। ਸੋ ਇਹਦੇ ਵਿੱਚ ਇੱਥੋਂ ਦੋਹਾਂ ਗੱਲਾਂ ਤੋਂ, ਇੱਕ ਤਾਂ ਮੁਹੰਮਦ ਸਦੀਕ ਦਾ ਇਹ ਬਿਆਨ ਮੈਂ ਕਹਾਂਗਾ ਵੀ ਉਹ ਪੋਲੀਟੀਸ਼ੀਅਨ ਨੇ, ਉਹਨਾਂ ਨੇ ਆਪਦੇ ਕੈਰੀਅਰ 'ਚ ਕੀ ਗੀਤ ਗਾਏ ਕੀ ਨਾ ਗਾਏ ਉਸ 'ਚ ਨਹੀਂ ਮੈਂ ਜਾਵਾਂਗਾ। ਪਰ ਇੱਕ ਗੱਲ ਪੱਕੀ ਹੈ ਵੀ ਜਿਹੜਾ ਬੰਦਾ ਇੱਕ MP ਦੀ ਸੀਟ ਦਾ ਉਮੀਦਵਾਰ ਹੋਵੇ, ਉਹ ਕਹੇ ਵੀ ਹੁਣ ਕੋਈ ਮੁੱਖ ਮੰਤਰੀ ਘਰ ਘਰ ਜਾ ਕੇ ਪੁੜੀਆਂ ਲੱਭਣ, ਫਿਰ ਤਾਂ ਹਰੇਕ ਗਲਤੀ ਇਹ ਕਰਨੀ, ਹੁਣ ਕੋਈ ਮੁੱਖ ਮੰਤਰੀ ਹਰੇਕ ਦੇ ਗੋਲੀ ਮਾਰਨ ਜਿਹੜਾ ਰਿਸ਼ਵਤ ਲੈਂਦਾ, ਹੁਣ ਕੋਈ ਮੁੱਖ ਮੰਤਰੀ ਇੱਥੇ ਆਪ ਨਹਿਰਾਂ ਕੱਢਣੀਆਂ ਸ਼ੁਰੂ ਕਰ ਦੇਣ, ਹੁਣ ਕੋਈ ਮੁੱਖ ਮੰਤਰੀ ਲੋਕਾਂ ਦੇ ਘਰ ਪੈਸੇ ਭੇਜਣੇ ਸ਼ੁਰੂ ਕਰ ਦੇਣ, ਫਿਰ ਤਾਂ ਕੁਛ ਵੀ ਕਿਹਾ ਜਾ ਸਕਦਾ। ਇਹ ਗੈਰ ਜ਼ਿੰਮੇਵਾਰਾਨਾ ਗੱਲ ਹੈ, ਇਹੋ ਜਿਹੀ ਗੱਲ ਕਿਸੇ ਪੋਲੀਟੀ, ਮੈਂ ਕਹਿੰਦਾ ਪੋਲੀਟੀਸ਼ੀਅਨ ਛੱਡੋ, ਮੈਂ ਉਰੇ ਬੈਠ ਕੇ ਨਹੀਂ ਕਹਿ ਸਕਦਾ ਵੀ ਮੈਂ ਕੀ ਕਰਾਂ ਜੇ ਪੰਜਾਬ 'ਚ ਨਸ਼ੇ ਨੇ। ਜੇ ਮੈਂ ਨਸ਼ਿਆਂ ਦੇ ਉੱਤੇ ਕੁਛ ਨਹੀਂ ਕਰਨ ਨੂੰ ਤਿਆਰ, ਮੈਂ ਐਵੇਂ ਤਨਖਾਹ ਲੈਂਦਾ ਰਿਹਾ, ਮੈਂ ਡਾਕਟਰ ਹਾਂ, ਮੇਰੀ ਡਿਊਟੀ ਹੈ ਵੀ ਮੈਂ ਕੋਸ਼ਿਸ਼ ਕਰਨੀ ਹੈ। ਇਹ ਕਹਿਣਾ ਕਿ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਪੰਜਾਬ ਦੇ ਬਾਰੇ ਕਿਸੇ ਵੀ ਪੰਜਾਬੀ ਦਾ, ਇਹ ਕਹਿਣਾ ਖਾਸ ਕਰਕੇ ਜਿਹੜੇ ਤਾਕਤ ਦੇ ਵਿੱਚ ਹੋਣ ਜਾਂ ਰਹੇ ਹੋਣ ਜਾਂ ਤਾਕਤ 'ਚ ਆਉਣ ਦੇ ਚਾਹਵਾਨ ਹੋਣ, ਇਹਦਾ ਮਤਲਬ ਉਹਨਾਂ ਨੂੰ ਪੰਜਾਬ ਨਾਲ ਕੋਈ ਲਗਾਉ ਨਹੀਂ ਹੈ, ਉਹ ਸਿਰਫ ਆਪਣੀ ਕੁਰਸੀ ਪੱਕੀ ਕਰਦੇ ਨੇ। ਸਦੀਕ ਸਾਹਿਬ ਦਾ ਬਿਆਨ ਗੈਰ ਜ਼ਿੰਮੇਵਾਰ ਨਾ, ਹਾਂ ਸਾਬਕਾ ਹੁਣ ਮੈਂ ਬਾਦਲ ਸਾਹਿਬ ਦੇ ਕਹਾਂਗਾ, ਹੁਣ ਬਾਦਲ ਸਾਹਿਬ ਦਾ ਇਹ ਕਹਿਣਾ, ਇਹ ਉਹ ਤਾਂ ਡਬਲ ਗੱਲ, ਤੁਸੀਂ ਤਾਂ ਕਿਹਾ ਵੀ ਉਹ ਡਬਲ ਗੱਲ ਹੈ, ਇਹ ਡਬਲ ਗੱਲ ਹੈ ਵੀ ਅੱਧੇ ਤਾਂ ਕਰਦੀ ਨੇ, ਅੱਧੇ ਕੌਣ, ਕਿਹੜੇ ਅੱਧੇ, ਕੀ ਕਾਂਗਰਸ ਪਾਰਟੀ ਦੇ ਅੱਧੇ ਕਰਦੇ ਨੇ, ਕੀ ਅਕਾਲੀਆਂ ਦੇ ਅੱਧੇ ਕਰਦੇ ਨੇ, ਕੀ ਸਾਰੇ ਪੋਲੀਟੀਸ਼ੀਅਨ ਅੱਧੇ ਕਰਦੇ ਨੇ, ਕੀ ਸਾਰੀ ਜਨਤਾ ਅੱਧੀ ਕਰਦੀ ਹੈ, ਇਹ ਬੜੇ ਵੱਡੇ ਸਵਾਲ ਨੇ। ਕੀ ਡਾਕਟਰ ਅੱਧੇ ਕਰਦੇ ਨੇ, ਕੀ ਵਕੀਲ ਅੱਧੇ ਕਰਦੇ ਨੇ, ਤੁਸੀਂ 100 ਸਵਾਲ ਕਰ ਸਕਦੇ ਹੋ ਵੀ ਅੱਧੇ ਕਹਿਣ ਨਾਲ ਤੁਸੀਂ ਸਿਆਸਤਦਾਨ ਜਿਹੜੇ 5 ਵਾਰੀ ਮੁੱਖ ਮੰਤਰੀ ਰਹੇ ਹੋਣ ਉਹ ਇਹੋ ਜਿਹੀ ਗੱਲ ਕਰਨ ਵੀ ਅੱਧੇ ਤਾਂ ਕਰਦੀ ਨੇ, ਫਿਰ ਮੈਂ ਜੀ ਕਿਤੇ ਮੇਰੇ 'ਤੇ ਉਹ ਨਾ ਕਰ ਦੇਣ, ਜੇ ਕਹਿੰਦੇ ਹੋ ਤਾਂ ਫਿਰ ਨਾਮ ਲਓ, ਨਹੀਂ ਤਾਂ ਨਾ ਕਹੋ। ਇੰਨੀ ਤਾਂ ਜ਼ਿੰਮੇਵਾਰੀ ਦੀ ਘੱਟੋ ਘੱਟ ਹੁੰਦੀ ਹੈ ਨਾ ਵੀ ਜੇ ਜ਼ਿਆਦਾ ਕਹੋ ਨਾ, ਜੇ ਕਹੋ ਤਾਂ ਫਿਰ ਨਾਮ ਲਓ ਵੀ ਹਾਂਜੀ ਮੈਂ ਆ ਕਹਿਣਾ। ਦੋਨੋਂ ਬਿਆਨ ਗੈਰ ਜ਼ਿੰਮੇਵਾਰ ਨੇ ਅਤੇ
और पांच बारी मुख्यमंत्री रहे ने जिन्हें मेरा वाह बादल साहब नाल पिया है महकमे के तौर पर मैं देखे है भी उन्होंने पॉजिटिव सोच रही है कदे भी नैगेटिव नहीं हुई पर आ जिदा का बयान दिता है ये बिल्कुल इस तरह का बयान है कि बादल साहब के मूहों आना ही नहीं चाहिए सी मैंने लगता नहीं भी बादल साहब बोल रहे हैं मैं लगता कि कोई होर कोई मोह बोल रहा है ठीक है गर्ग साहब धारी साहब हुण तुसीं मैनूं दस्सो तुसीं कह रहे सीगे बादल साहब के बयान के उत्ते तुसीं बहस क्यों कर रहे हो सदीक साहब के बयान के उत्ते बहस करनी चाहिए हुण तुसीं जवाब दे दो बादल साहब के मूहों यह बयान शोभा दिंदा करे देखो गल ये है बादल साहब ने जिहड़ा ये बयान दिता है बादल साहब ने ठीक है सारे टोटल बयान नूं जे आपां इन टोटो देखिए बयान का कोई होर मतलब निकलता है मतलब चलो ये लाइटर मूड दे विच गल कर लाइटर मोड उन्होंने उन्होंने हस के गल करी है देखो उन्होंने हस के गल करी है तुसी बाकी का मतलब क्यों नहीं कढ़दे हैगे के कैप्टन साहब का यह गल कहना कि चार हफ्तों के नशा खत्म कर दूंगा हुण जिम्मेवारी किहदी हैगी है एक बयान ते ना तुसी गल करो गल ये करो कि नशा जिहड़ा खत्म करना किहदी जिम्मेवारी है सदीक साहब का बयान देना के पुड़ियां कैप्टन साहब पुड़ियां लभदे फिरन फिर गुटका साहब फड़ के इस तरह लहरा क्यों रहे सी और उत्थे लहरा रहे सी जिथे उन्हां दी बहुत ही ज्यादा जिम्मेवारी बनती सी इस तरह की गल ना करन और दूजी गल अज की नवी घटना हैगी है कि तरन तारण के दो मुंडे जिहड़े मर जाने कौन जिम्मेवार है इस तरह के किन्ने ही बच्चे जिहड़े हैगे अज रोज हो रहे हैं उदों जदों इलैक्शन जीती सी बिचे ये साढ़े भाई साहब बैठे हैं इन्होंने भी बिचे कांग्रेस ने भी और सिर्फ जुमलिया से जिहड़ी हैगी इलैक्शन जीती सी ये गल कह के नशा असी चार दिनों के खत्म कर देना असी आ चीज़ चार दिनों के कर देनी है कोई एक चीज़ तो दस देन कि उस और मुहम्मद सदीक की तो तुम गल ही ना करो जिहड़ा ये गाने गाँवता रहा हो तेलू राम की हट्टी का जरदा नहीं जोड़ा बच्चे बह गया जट दे नशे दया की गल करूगा आप ही गल कहती सदीक साहब की गल ही ना करो हाँ जी पहला कह रहे सदीक साहब की ही गल करो चंगा हो गया तुसी आप ही कहता चंगा चंगा हो गया चंगा हो गया सवाल यह है धारनी साहब तुसी एक गल मैनू वार बार समझा रहे हो कि उन्होंने बयान का मतलब कटो मैं बयान का मतलब की कढ़ना मेरे सामने तो एक वो शख्स खड़ा साबका मुख्यमंत्री प्रकाश सिंह बादल जिन्होंने पांच बार पंजाब की सत्ता सांभी है जो तो ये कह के मैनू नहीं पता कौन करता कौन नहीं वो हस के जो गल कह तुम कहने लाइटर मोड से मैं गल की है फिर बादल वो बादल साहब कि जो कहते मैं कीड़ी भी दिख जाती है देखो मैनू इन्होंने दोनों चर्क समझा प्लीज हाँ, बिल्कुल बिल्कुल देखो हो सकता बादल साहब न इस बारे पता भी हो कौन कौन है इस दे जिहड़े चाहे शुगर ले खाने चाहे दारू पीने या होर छोटे नशे करते है हो सकता उन्होंने किस कंटैक्स के कही है हुण बादल साहब के अंदर की गल मैं तो थोड़ा दस नहीं सकता यह तो बादल साहब दस सकते हैं कह रहे हो कि जे तुसी कह रहे हो कि हो सकता है कि बादल साहब पर मैं समझदा एक मिनट सुन लो बादल साहब का टोटल बयान पर देखना चाहिए सुन लो हां जी जे तुसी कह रहे हो कि इहदा मतलब है कि हो सकता बादल साहब नूं पता भी होवे इहदा मतलब यह बनता है कि पंजाब की जवानी नाल सारी सियासत धोखा करती नहीं नहीं बिल्कुल मैनूं तां समझ आ रही है मैं तो फिर तुहाडा बयान भी गैर जिम्मेवार लगता है फिर तुसी इत्थे बैठ के दे रहे हो बिल्कुल मैनूं तां देखो मेरी सुन मैनूं तां तुहाडे बयान ते भी शक है इस वक्त देखो श्रोमणी अकाली दल ने हमेशा ही कोशिश की है पर देखो मैं ये परिस्थितियां की गल करदा कि आने वाले टाइम दे देखो जदों मैं वकालत शुरू की है ना सब तो वध जिहड़े हैगे एक्साइज एक्ट के केस हुंदे सी या ओपीएम के पीटी केसेस हुंदे सी अज मैं तुहाडी निजी वकालत दा साहब मेरी गल तां सुन लो एक मिनट नहीं एक मिनट प्लीज नहीं नहीं आपां टाइम वेस्ट करांगे नहीं नहीं तां एनडीपीएस टाइम वेस्ट होगा टाइम वेस्ट होगा एनडीपीएस टाइम वेस्ट होगा तारी साहब नहीं नहीं मैं टाइम वेस्ट नहीं हुंदा स्वै साहब सदीक साहब के बयान के उत्ते पार्टी कोई उन्होंने सवाल करेगी कि नहीं सदीक साहब ने जो कहता ठीक है इतने सारे पैनलिस्ट ये गल कह रहे हैं कि गैर जिम्मेवार बयान दिता उन्होंने देखो जितों तक सदीक साहब की गल है ना जी सदीक साहब के अपना जो लफ्ज़ कोई इंटरव्यू कर रहा होंगे पत्रकार कर रहा होंगे कई बार गल करते करते अपना जो अंदरों गल सही गल कहनी चाहते लफ्ज़ प्रॉपर नहीं होंगे है जो लफ्ज़ बंदा वरतदा ना जी इतने भी मैं गल करता बहस वेले भी कई बार अपने मूँह लफ्ज़ इदा निकल जाते हैं जोड़े वो ढुकवें नहीं होंगे जी गल बंदा कहना चाहता वो नहीं सही तरीके एक्सप्रैस नहीं कर सकता सदीक साहब की मंशा ही नहीं हैगी है तुम देखो साड़ी सरकार का ट्रैक रिकॉर्ड भी देखो बेशक असं मानते हैं इस गल कि असी पूरी तरह खत्म नहीं कर सके लेकिन साड़ी लड़ाई जी है ना बड़ा गंभीर मसला है नशे का मसला बहुत गंभीर है साढ़े वास्ते असं लड़ते हैं लड़ाई मैं थोड़ी कदर करता मानते पे हो सवाल यह है तुम सदीक साहब वर्गे जोड़े कैंडिडेट्स है होर आगू है उन्होंने क्यों ना घट्टो घट गैर जिम्मेवार बयान नहीं आप अगर आप सदीक साहब का देखे ट्रैक रिकॉर्ड देखिए ना जी बड़े साफ दिल इंसान ने
ਉਹਦੇ ਕੋਲੋਂ ਗੱਲ ਕੋਈ ਇੱਦਾਂ ਦੀ ਮਾੜੀ ਮੋਟੀ ਲਫ਼ਜ਼ ਇੱਧਰ ਉੱਧਰ ਹੋ ਗਿਆ ਤਾਂ ਆਪਾਂ ਐਡਾ ਵੱਡਾ ਉਹਦਾ ਗੁਨਾਹ ਨਹੀਂ ਕੋਈ ਹੈਗਾ ਉਹਨੇ ਜੋ ਗੱਲ ਕਹੀ ਹੈ ਗੁਨਾਹ ਕਹਿੰਦੇ ਬਾਦਲ ਸਾਹਿਬ ਦਾ ਤੇ ਬਾਦਲ ਸਾਹਿਬ ਟਿਚਕਰ ਕਰਦੇ ਨੇ ਬਾਦਲ ਸਾਹਿਬ ਨੇ ਅਸੈਂਬਲੀ ਦੇ ਵਿੱਚ ਜਦੋਂ ਸਦੀਕ ਸਾਹਿਬ ਤੋਂ ਗਾਣਾ ਗਵਾਇਆ ਪਹਿਲਾਂ ਆਪ ਕਹਿ ਕੇ ਉਹ ਵਿਚਾਰਾ ਸਿੱਧਾ ਸਾਦਾ ਇਨਸਾਨ ਹੈ ਉਹ ਉਹਨਾਂ ਨੇ ਕਿਹਾ ਵੀ ਚੱਲ ਮੁੱਖ ਮੰਤਰੀ ਕਹਿ ਰਹੇ ਮੈਂ ਗਾਣਾ ਗਾ ਦਿੰਦਾ ਪਿੱਛੋਂ ਰੱਦ ਮਜ਼ਾਕ ਉਡਾਇਆ ਬੂਟਾ ਸਿੰਘ ਬਰਾਗੀ ਬੂਟਾ ਸਿੰਘ ਬਰਾਗੀ ਇਹ ਮਜ਼ਾਕ ਨਹੀਂ ਬਣਾਤਾ ਇਸ ਮੁੱਦੇ ਦਾ ਮੈਨੂੰ ਤਾਂ ਪੈਨਲਿਸਟ ਦੀਆਂ ਗੱਲਾਂ ਤੋਂ ਵੀ ਹਾਸਾ ਆ ਰਿਹਾ ਤੇ ਇੱਕ ਮਜ਼ਾਕ ਹੀ ਝਲਕ ਰਿਹਾ ਵੀ ਇਹ ਵੀ ਵਿਊਅਰਸ ਦੇ ਨਾਲ ਮਜ਼ਾਕ ਕਰ ਰਹੇ ਨੇ ਖਾਣੀ ਸਾਡੇ ਨਾਲ ਮਜ਼ਾਕ ਕਰ ਰਹੇ ਨੇ ਜਵਾਨੀ ਮਰ ਰਹੀ ਆ ਤਰਨ ਤਰਨ ਦੇ ਵਿੱਚ ਬਠਿੰਡੇ ਦੇ ਵਿੱਚ ਕੁੜੀ ਡਰੱਗ ਅਡਿਕਟਡ ਸੀ ਉਹਦਾ ਸਿਰ ਧੜ ਤੋਂ ਅੱਡ ਕਰ ਦਿੱਤਾ ਗਿਆ ਸਰਕਾਰ ਸੀਰੀਅਸ ਨਹੀਂ ਗੀ ਅਤੇ ਜਿਹੜੇ ਉੱਥੋਂ ਦੇ ਆ ਅਕਾਲੀ ਦਲ ਵਾਲੇ ਹੈਗੇ ਆ ਇਹਨਾਂ ਦਾ ਵੀ ਆਪਾਂ ਨੂੰ ਹਾਲ ਪਤਾ ਹੀ ਆ ਬਿਲਕੁਲ ਕੇ ਪੀ ਸਿੰਘ ਜੀ ਦੇਖੋ ਜੇ ਆਪਾਂ ਸੰਬੋਲਿਕਲੀ ਵੀ ਗੱਲ ਕਰ ਲਈਏ ਵੀ ਨਸ਼ੇ ਦੀ ਰਿਕਵਰੀ ਜਦੋਂ ਕੋਡ ਆਫ ਕੰਡਕਟ ਲੱਗਿਆ ਵਾ ਇਹ ਕਹਿੰਦੇ ਅਸੀਂ ਨਸ਼ਾ ਘਟਾਇਆ ਇਹ ਕੀਤਾ ਫਲਾਨਾ ਕੀਤਾ 127 ਕਰੋੜ ਦੀ ਰਿਕਵਰੀ ਹੋਈ ਸੀ ਕੈਸ਼ ਅਤੇ ਡਰੱਗਸ ਦੀ 2017 ਦੀਆਂ ਇਲੈਕਸ਼ਨਾਂ ਦੇ ਦਰਮਿਆਨ ਅਤੇ ਹੁਣ ਵਿਦ ਇਨ ਮੰਥ ਅਤੇ ਹੁਣ ਵਿਦ ਇਨ ਮੰਥ 200 ਕਰੋੜ ਦੀ ਰਿਕਵਰੀ ਹੋ ਚੁੱਕੀ ਆ ਮੈਂ ਸਰਕਾਰ ਤੋਂ ਪੁੱਛਣਾ ਚਾਹੁੰਦਾ ਵੀ ਜੇ ਰਿਕਵਰੀ ਦੇ ਵਿੱਚ ਇੰਨਾ ਇਜ਼ਾਫਾ ਹੋਇਆ ਤਾਂ ਇਹਨਾਂ ਨੇ ਲੱਕ ਕਿਹਦਾ ਤੋੜਤਾ ਇਹਨਾਂ ਨੇ ਨਸ਼ੇ ਕਿਹੜੀ ਸਟੇਟ ਦੇ ਖਤਮ ਕਰਤੇ ਗੱਲ ਕੁਛ ਨਹੀਂ ਐਜ਼ ਇਟ ਇਜ਼ ਚੱਲਿਆ ਗਿਆ ਜਿਹੜੇ ਪੈਡਲਰ ਸੀਗੇ ਉਹਨਾਂ ਨੇ ਆਪਣੇ ਸਰਗਾਣੇ ਬਦਲ ਲਏ ਆ ਉਹਨਾਂ ਨੂੰ ਜਿਹੜੇ ਸ਼ੈਲਟਰ ਕਰਦੇ ਸੀ ਪਹਿਲਾਂ ਅਕਾਲੀ ਦਲ ਸ਼ੈਲਟਰ ਕਰ ਰਿਹਾ ਸੀਗਾ ਉਹਨਾਂ ਤੋਂ ਚੋਣ ਫੰਡ ਲੈ ਰਿਹਾ ਸੀਗਾ ਅੱਜ ਕਾਂਗਰਸ ਉਹਨਾਂ ਨੂੰ ਐਜ਼ ਇਟ ਇਜ਼ ਸ਼ੈਲਟਰ ਕਰ ਰਹੀ ਆ ਭੋਲੇ ਦੇ ਬਿਆਨ ਵੱਡੇ ਵੱਡੇ ਰੈਕਟ ਤਿਉਂ ਦੇ ਤਿਉਂ ਇੱਕ ਮਜ਼ਾਕ ਬਣਿਆ ਪਿਆ ਵਾ ਮਜ਼ਾਕ ਬਣਿਆ ਪਿਆ ਉਹਨਾਂ ਸਟੇਟਮੈਂਟਾਂ ਦਾ ਮੈਂ ਕਹਿੰਦਾ ਮੈਂ ਹੈਰਾਨ ਹਾਂ 4 ਲੱਖ ਦੇ ਕਰੀਬ ਤੁਸੀਂ ਪੈਨਸ਼ਨ ਖਾਂਦੇ ਹੋ ਪਬਲਿਕ ਮਨੀ ਦੀ ਅਤੇ ਤੁਹਾਨੂੰ ਪਤਾ ਵਾ ਵੀ ਅੱਧੇ ਕਿਹੜੇ ਕਿਹੜੇ ਨਸ਼ਾ ਕਰਦੇ ਆ ਅਤੇ ਜਦੋਂ ਤੁਸੀਂ ਨਾ ਲੈਣੇ ਹੁੰਦੇ ਆ ਤੁਹਾਡੇ ਬੁੱਲ ਸਿਉਂ 'ਤੇ ਜਾਂਦੇ ਆ ਇਹੋ ਜਿਹਾ ਮੁੱਖ ਮੰਤਰੀ ਜਿਹੜਾ 5 ਮਿੰਟ ਰਿਹਾ ਹੋਇਆ ਮੈਨੂੰ ਲੱਗਦਾ ਕੇ ਪੀ ਸਿੰਘ ਜੀ ਇਹ ਹੁਣ ਸਾਹਮਣੇ ਹੀ ਆ ਤੁਹਾਡੇ ਸਾਰੇ ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਕੋਸ਼ਿਸ਼ ਕਰ ਰਿਹਾ ਕਿ ਮੈਂ ਇਹਨਾਂ ਬਿਆਨਾਂ ਨੂੰ ਸਮਝ ਸਕਾਂ ਜਿਹੜੇ ਬਿਆਨ ਸ਼ਾਇਦ ਅਸੀਂ ਐਂ ਸੋਚਦੇ ਹਾਂ ਕਿ ਕੋਈ ਗੱਲ ਨਹੀਂ ਚਲੋ ਕਹਿਤਾ ਤਾਂ ਕਹਿਤਾ ਜਦੋਂ ਅਸੀਂ ਐਂ ਸੋਚਦੇ ਹਾਂ ਕਹਿਤਾ ਤਾਂ ਕਹਿਤਾ ਫਿਰ ਉਦੋਂ ਅਸੀਂ ਸੋਚਣ ਲੱਗ ਪੈਂਦੇ ਹਾਂ ਕਿ ਹੁਣ ਕੁਛ ਨਹੀਂ ਹੋਣਾ ਕਾ ਜਦੋਂ ਅਸੀਂ ਇਹ ਸੋਚਣ ਲੱਗ ਪੈਂਦੇ ਹਾਂ ਕਿ ਹੁਣ ਕੁਛ ਨਹੀਂ ਹੋਣਾ ਫਿਰ ਉਦੋਂ ਜੇ ਕੋਈ ਚੰਗਾਰੀ ਉੜਦੀ ਆ ਤਾਂ ਉਸ 'ਤੇ ਜਵਾਬ ਲੈਣੇ ਪੈਂਦੇ ਆ ਮਿਸ਼ਨ 2019 ਦਾ ਰੌਲਾ ਪੈ ਰਿਹਾ ਅਤੇ ਉਸ ਸਭ ਦੇ ਵਿਚਾਲੇ ਇਹੋ ਜਿਹੀ ਬਿਆਨਬਾਜ਼ੀ ਹੋ ਰਹੀ ਹੈ ਇਹਦਾ ਮਤਲਬ ਇਸ ਮੁੱਦੇ 'ਤੇ ਸੰਜੀਦਗੀ ਨਹੀਂ ਹੈਗੀ ਅਤੇ ਸੰਜੀਦਗੀ ਲਿਆਉਣੀ ਪਵੇਗੀ ਇਸ ਲਈ ਅਸੀਂ ਬਹਿਸ ਕਰ ਰਹੇ ਹਾਂ ਬ੍ਰੇਕ ਤੋਂ ਵਾਪਸ ਆ ਕੇ ਸਵਾਲ ਹੋਰ ਪੁੱਛਾਂਗਾ ਜ਼ਰੂਰ ਸਵਾਲ ਇੱਕ ਪੁੱਛ ਰਹੇ ਸਵਾਲ ਅਸੀਂ ਇਹ ਪੁੱਛ ਰਹੇ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਿਹਾ ਨਸ਼ਾ ਸਿਆਸਤ ਲਈ ਕੌਮੀ ਮੁੱਦਾ ਕਿਉਂ ਨਹੀਂ ਡਾਕਟਰ ਪਹਿਲ ਅਗਰ ਤਿੰਦਰ ਅਤੇ ਹਰਦੀਪ ਤਾਂ ਚਲੇ ਗਏ ਹੋਰ ਨੌਜਵਾਨਾਂ ਨੂੰ ਕਿਵੇਂ ਬਚਾਇਆ ਜਾਊਗਾ ਦੇਖੋ ਜਿੱਥੋਂ ਤੱਕ ਸਵਾਲ ਹੈ ਮੈਨੂੰ ਇਹ ਨਹੀਂ ਲੱਗਦਾ ਵੀ ਪੰਜਾਬ ਦੀ ਜਿਹੜੀ ਸਿਆਸੀ ਪਾਰਟੀਆਂ ਜਿਹੜੀਆਂ ਪਾਵਰ 'ਚ ਰਹਿੰਦੀਆਂ ਨੇ ਜਾਂ ਪਾਵਰ 'ਚ ਆਉਣ ਦੀ ਆਸਾ ਕਰਦੀਆਂ ਨੇ ਉਹਨਾਂ ਦਾ ਕੋਈ ਬਹੁਤ ਜ਼ਿਆਦਾ ਗੰਭੀਰ ਇਹਦੇ ਉੱਤੇ ਕਿਉਂਕਿ ਨਾ ਤਾਂ ਉਹ ਇਸ ਤਰੀਕੇ ਦੀ ਕੋਈ ਸਟੱਡੀ ਕਰਦੀਆਂ ਅੱਜ ਤੱਕ ਨਾ ਪਹਿਲੀ ਸਰਕਾਰ ਨੇ ਇਸ ਸਰਕਾਰ ਨੇ ਸੈਂਪਲ ਜ਼ਰੂਰ ਕਰਵਾਏ ਨੇ ਅਜੇ ਤੱਕ ਇਹ ਸਰਵੇ ਨਹੀਂ ਕਰੇ ਕਿ ਵੀ ਨਸ਼ੇ ਕਿੱਥੇ ਨੇ ਕਿਵੇਂ ਰੋਕਣੇ ਨੇ ਅਸੀਂ ਊਟ ਸੈਂਟਰ ਖੋਲ੍ਹਤੇ ਆਹ ਖੋਲ੍ਹਤਾ ਨਵੀਂ ਸਰਕਾਰ ਨੇ ਕਾਫੀ ਕੁਛ ਕਹਿਣ ਦੀ ਕੋਸ਼ਿਸ਼ ਕਰੀ ਆ ਇਹ ਡੈਪੋ ਬਣਾ ਲਏ ਫਲਾਣਾ ਬਣਾ ਲਿਆ ਜਿਹੜੇ ਨਸ਼ਿਆਂ ਦੇ ਉੱਤੇ 3 ਪ੍ਰੋਂਗ ਅਟੈਕ ਕਰਨ ਦੀ ਲੋੜ ਸੀ ਹਾਲਾਂਕਿ ਕਿਹਾ ਇਹਨਾਂ ਨੇ ਵੀ ਅਸੀਂ ਕਰਾਂਗੇ ਉਹ ਕਰਿਆ ਨਹੀਂ ਇੱਕ ਸਪਲਾਈ ਬੰਦ ਕਰਨੀ ਸਪਲਾਈ ਬੰਦ ਕਰਨ ਵਾਸਤੇ ਸਭ ਤੋਂ ਵੱਡਾ ਅਟੈਕ ਹੁੰਦਾ ਜਿਹੜੇ ਵੱਡੇ ਸਮਗਲਰ ਨੇ ਜਿੱਥੋਂ ਆ ਰਿਹਾ ਨਸ਼ਾ ਉਹਨੂੰ ਤੋੜਨਾ ਉਹ ਟੁੱਟੇ ਦੀ ਕੋਈ ਨਿਸ਼ਾਨੀ ਹੈ ਨਹੀਂ ਪੰਜਾਬ 'ਚ ਕਹਿਣ ਨੂੰ ਜੋ ਮਰਜ਼ੀ ਕਹਿ ਜਾਣਾ ਉਹ ਡਰ ਗਏ ਹੋ ਗਏ ਹੋ ਸਕਦੇ ਨੇ ਉਹਨਾਂ ਨੇ ਚੋਗੇ ਬਦਲਦੇ ਹੋ ਸਕਦੇ ਨੇ ਥੋੜ੍ਹਾ ਐਡ ਆਨ ਕਰਨਾ ਗਰ ਸਮੇਂ ਇਹ ਰੋਕਣਾ ਚਾਹੁੰਦੇ ਤੁਹਾਨੂੰ ਹਾਂਜੀ ਜਿਹੜੇ ਆਹ 2 ਨੌਜਵਾਨ ਮਰੇ ਆ ਜੋ ਸਾਡੇ ਕੋਲ ਖਬਰ ਹੈਗੀ ਉਹਦੇ ਮੁਤਾਬਕ ਇਹ ਹੈ ਕਿ ਦੋਨੇ ਨੌਜਵਾਨਾਂ ਨੇ ਫਾਹਾ ਇਸ ਕਰਕੇ ਲਿਆ ਕਿ ਉਹ ਕਈ ਸਾਲਾਂ ਤੋਂ ਚਿੱਟੇ ਦਾ ਨਸ਼ਾ ਕਰਦੇ ਸੀ ਗਰੀਬ ਵਰਗ ਨਾਲ ਸੰਬੰਧਿਤ ਸੀ ਮੈਂ ਉਹ ਪੂਰਾ ਸਵਾਲ ਲੈ ਲਵਾਂ ਕੰਮ ਨਹੀਂ ਮਿਲਿਆ ਸੀ ਤੇ ਪੈਸੇ ਦੀ ਤੰਗੀ ਸੀ ਮੈਂ ਇਸੇ ਤਿਆਰ ਇਹਦਾ ਮਤਲਬ ਕੀ ਹੈ ਮੈਂ ਇਸੇ ਨਸ਼ੇ ਦੀ ਸਪਲਾਈ ਟੁੱਟੀ ਸੀ ਜਾਂ ਇਹਨਾਂ ਕੋਲੇ ਕੰਮ ਨਹੀਂ ਸੀਗਾ ਇਸ ਕਰਕੇ ਨਸ਼ਾ ਨਹੀਂ ਮੈਂ ਦੋਨਾਂ ਗੱਲਾਂ ਤਿਆਰ ਪਹਿਲੀ ਗੱਲ ਮੈਂ ਆਪਾਂ ਨਸ਼ੇ ਦਾ ਜਿਹੜਾ ਬੇਸਿਕ ਕੁਐਸਚਨ ਹੈ ਸੋ ਉਹ ਇੱਕ ਤਾਂ ਉਹ ਤੋੜਨਾ ਲੱਕ ਤੋੜਨਾ ਹੁੰਦਾ ਵੀ ਉਹ ਤੋੜਨਾ ਸੀ ਜਿਹੜਾ ਨਹੀਂ ਟੁੱਟਿਆ ਦੂਜਾ ਹੈਗਾ ਵੀ ਲੋਕਾਂ ਨੂੰ ਇਕੱਠੇ ਕਰਨਾ ਲੋਕ ਕਮੇਟੀਆਂ ਬਣਨੀਆਂ ਜਿਨ੍ਹਾਂ 'ਚ ਲੋਕਾਂ ਦੀ ਫੁੱਲ ਪਾਰਟੀ ਇਹ ਸਾਰੀਆਂ ਪਾਰਟੀਆਂ ਨਾ ਲੋਕਾਂ ਦੇ ਕੰਧਿਆਂ 'ਤੇ ਸੁੱਟੀ ਜਾਂਦੀਆਂ ਨੇ ਇਹ ਤਾਂ ਲੋਕ ਕਰਨ ਜੀ ਇਹ ਤਾਂ ਮਾਪੇ ਹਟਾਉਣ ਜੀ ਨਾ ਮਾਪੇ ਹਟਾ ਸਕਦੇ ਨਾ ਲੋਕ ਕੱਢੇ ਹਟਾ ਸਕਦੇ ਜਿੰਨਾ 'ਚ ਸਰਕਾਰ ਡੰਡੇ ਨਾਲ ਨਹੀਂ ਖੜੀ ਹੁੰਦੀ ਵੀ ਕੋਈ ਗੱਲ ਨਹੀਂ ਦੇਖਾਂ ਸਦੀਕ ਸਾਹਿਬ ਵੀ ਇਹ ਕਹਿ ਰਿਹਾ ਉਹ ਜੇ ਸਰਕਾਰ ਨੇ ਜਾ ਕੇ ਸਰਕਾਰ ਦੇ ਸਿਪਾਹੀ ਨੇ ਦੱਸ ਹੀ ਦੇਣਾ ਕਿਸੇ ਬੰਦੇ ਨੇ ਸਾ ਵੀ ਆਹ ਬੰਦਾ ਪਿੰਡ 'ਚ ਪਾਉਂਦੀ ਹੈ ਇਹਨਾਂ ਦਾ ਜਾਂ ਨਸ਼ਾ ਵੇਚਦਾ ਅਤੇ ਦੂਜੇ ਦਿਨ ਉਹ 'ਤੇ ਛਾਪਾ ਫੜ ਕੇ ਉਹ ਬੰਦੇ ਨੂੰ ਫੜ ਲੈਣਾ ਜਾਂ ਅਗਲੇ ਨੇ ਗੋਲੀ ਮਾਰ ਦੇਣੀ ਆ ਲੁਧਿਆਣੇ 'ਚ ਦੋ ਬੰਦੇ ਮਾਰੇ ਨੇ ਸੋ ਫਿਰ ਨਹੀਂ ਚੱਲਣਾ ਇਹ ਕੰਮ ਦੂਜਾ ਪਾਸਾ ਜਿਹੜਾ ਹੈ ਇਕੱਲੇ ਨਸ਼ੇ ਇਸ ਕਰਕੇ ਨਹੀਂ ਰੁਕਦੇ ਨਾ ਲੱਗਦੇ ਨੇ ਇਸ ਕਰਕੇ ਨਾ ਰੁਕਦੇ ਨੇ ਨਸ਼ੇ ਇਸ ਕਰਕੇ ਲੱਗ ਰਹੇ ਨੇ ਕਿ ਅੱਜ ਸਾਡੀ ਜਵਾਨੀ ਨੂੰ ਅਸੀਂ ਲਕਸ਼ਹੀਨ ਕਰਤਾ ਉਹਦੇ ਸਾਹਮਣੇ ਉਦੇਸ਼ ਕੋਈ ਛੱਡਿਆ ਨਹੀਂ ਜੋਬ ਉਹਨੂੰ ਮਿਲਦੀ ਨਹੀਂ ਜਾਂ ਉਹ ਬਾਹਰ ਭੱਜਦਾ ਜਾਂ ਉਹ ਗੈਂਗਸਟਰ ਬਣਦਾ ਜਾਂ ਨਸ਼ੇ ਕਰਦਾ ਜਾਂ ਖੁਦ
ते एक अधिकारवादी सियासत के उत्ते परिवारवाद के राज के उत्ते उहदे पिछे लगे रहे उहदे कोल हाड़े कढ़दा रहे ते इह आपदा इंडीपेंडेंट आजाद तौर पर जो देश की आजादी वेले सोचेगा सी ਉਹੀ ਜੀ ਹੋਣੀ ਕਰਨ ਵਾਸਤੇ ਕਾਬਲ ਨਾ ਰਹੇ ਇਸ ਕਰਕੇ ਇਹਨਾਂ ਨੂੰ ਨਸ਼ਿਆਂ 'ਚ ਲਾ ਕੇ ਰੱਖੋ ਮੈਨੂੰ ਐਂ ਲੱਗਦਾ ਵੀ ਇਹ ਸਾਰੇ ਬਿਆਨਬਾਜ਼ੀ ਕਰੀ ਜਾ ਰਹੀ ਹੈ ਇਹਨਾਂ ਦਾ ਏਮ ਇਹੀ ਹੈ ਵੀ ਲੋਕ ਨਸ਼ਿਆਂ 'ਚ ਲੱਗੇ ਰਹਿਣ ਉਸੇ 'ਚ ਹੀ ਗਲਤਾਂ ਰਹਿਣ ਉੱਥੇ ਹੀ ਪੀਣ ਕੇ ਲੱਗੀ ਰਹੇ ਬਸ ਠੀਕ ਹੈ ਕੋਈ ਕਹਿੰਦਾ ਖਸਖਸ ਬੀਜੋ ਕੋਈ ਕਹਿੰਦਾ ਫੀਮ ਇੱਥੇ ਖੁੱਲ੍ਹੀ ਕਰ ਦਿਉ ਕੋਈ ਕਹਿੰਦਾ ਸ਼ਰਾਬ ਦੇ ਬਿਨਾਂ ਆਮਦਨ ਨਹੀਂ ਹੋਣੀ ਕੋਈ ਕੁਛ ਕਹਿੰਦਾ ਕੋਈ ਕਹਿੰਦਾ ਵੀ ਸ਼ਰਾਬ ਤਾਂ ਨਸ਼ਾ ਹੀ ਨਹੀਂ ਕੋਈ ਕਹਿੰਦਾ ਫਿਰ ਕੀ ਹੋਇਆ ਜੇ ਸਿਗਰਟਾਂ ਤੰਬਾਕੂ ਪੀ ਜਾਂਦੇ ਨੇ ਯਾਨੀ ਕਿ ਨਸ਼ੇ 'ਚ ਲਾ ਕੇ ਰੱਖੋ ਲੋਕਾਂ ਨੂੰ ਉਹਦੇ ਨਾਲ ਨਾਲ ਇੱਕ ਪਾਸੇ ਪੈਸਾ ਦੂਜੇ ਪਾਸੇ ਗੈਂਗਸਟਰ ਬਣਾਉਣਾ ਅਤੇ ਤੀਜੇ ਪਾਸੇ ਉਹਦੇ ਨਾਲ ਤੁਹਾਡੀ ਸਿਆਸਤ ਵੀ ਚਮਕਦੀ ਹੈ ਪਰਿਵਾਰਵਾਦੀ ਕਿਉਂਕਿ ਬੋਲਦੀ ਮਿਲਾ ਕੇ ਸਿਆਸਤਦਾਨ ਜ਼ਿੰਮੇਵਾਰ ਹੈ ਸਾਰੀਆਂ ਚੀਜ਼ਾਂ ਦੀ ਬਿਲਕੁਲ ਇਹ ਤਾਂ ਪੱਕੀ ਗੱਲ ਹੀ ਹੈ ਕਿਉਂਕਿ ਜੇ ਸਿਆਸਤ ਨਹੀਂ ਫੈਸਲਾ ਕਰੇਗੀ ਦੋ ਕਿਉਂ ਮਰੇ ਫਿਰ ਜੇ ਮੈਂ ਦੱਸਾਂ ਇਹਨਾਂ ਲਈ ਕੌਣ ਜ਼ਿੰਮੇਵਾਰ ਹੈ ਮੈਂ ਦੱਸਦਾ ਇਹਨਾਂ ਲਈ ਕਿਉਂ ਇਹ ਕੋਈ ਐਂ ਨਹੀਂ ਹੁੰਦਾ ਵੀ ਇੱਕ ਘਟਨਾ ਨਹੀਂ ਹੁੰਦੀ ਡਾਕਟਰੀ ਜਦ ਵੀ ਸਾਡੇ ਕੋਲ ਸੁਈਸਾਈਡ ਦੇ ਸੁਈਸਾਈਡ ਹੈ ਜਦ ਵੀ ਖੁਦਕਸ਼ੀ ਦਾ ਆਉਂਦਾ ਉਹਦੇ ਵਿੱਚ ਇੱਕ ਟ੍ਰਿਗਰ ਕਹਿੰਦੇ ਅਸੀਂ ਉਹਨੂੰ ਉਹ ਮੌਕੇ ਦੇ ਉੱਤੇ ਕੋਈ ਕਾਰਨ ਬਣਦਾ ਉਦੋਂ ਪਹਿਲਾਂ ਉਹਦੇ ਕਾਰਨ ਚੱਲ ਰਹੇ ਹੁੰਦੇ ਨੇ ਜਿਵੇਂ ਜਿਹੜਾ ਨਸ਼ਾ ਉਹਨੂੰ ਨਸ਼ਾ ਨਹੀਂ ਮਿਲਿਆ ਉਹਨੂੰ ਜੋਬ ਨਹੀਂ ਮਿਲਿਆ ਉਹ ਡਿਪਰੈਸ਼ਨ ਦੇ ਵਿੱਚ ਹੈ ਡਿਪਰੈਸ਼ਨ ਦੇ ਵਿੱਚ ਆ ਕੇ ਕਦੇ ਕਦੇ ਇਹੀ ਜਿਹੀ ਸਟੇਜ ਆਉਂਦੀ ਹੈ ਜਿੱਥੇ ਉਹ ਐਕਸਟ੍ਰੀਮ ਸਟੈਪ ਲੈਂਦਾ ਕਿ ਖੁਦਕੁਸ਼ੀ ਕਰ ਲੈਂਦਾ ਪਰ ਜੇ ਉਸ ਮੌਕੇ 'ਤੇ ਪਰ ਚਾਂਸ ਜਿਵੇਂ ਕਹਿੰਦਾ ਆਡੀਟਰ ਦੇ ਬਰਸਾ ਸਿੰਘ ਜੀਵੇ ਵੀ ਜੇ ਪਰ ਚਾਂਸ ਉਹਨੂੰ ਕੋਈ ਐਸਾ ਬੰਦਾ ਮਿਲ ਜੇ ਉਦੋਂ ਰੋਕ ਲਏ ਤਾਂ ਹੋ ਸਕਦਾ ਉਹ ਹੋਰ 6 ਸਾਲ ਨਾ ਕਰੇ ਖੁਦਕੁਸ਼ੀ ਖੁਦਕੁਸ਼ੀ ਦੀ ਟੈਂਡੈਂਸੀ ਰਹਿੰਦੀ ਹੈ ਜਿਹੜੇ ਡਿਪਰੈਸ਼ਨ ਜਾਂਦੇ ਨੇ ਔਰ ਡਿਪਰੈਸ਼ਨ ਜਾਣ ਦਾ ਦੋ ਵੱਡੇ ਕਾਰਨ ਨੇ ਇੱਕ ਬੇਉਮੀਦ ਹੋਣਾ ਜੀਵਨ 'ਚੋਂ ਬੇਉਮੀਦੀ ਦਾ ਕਾਰਨ ਹੈ ਜਿਹੜਾ ਜੋਬ ਨਾ ਮਿਲਣਾ ਕੋਈ ਕਮਾਈ ਨਾ ਹੋਣਾ ਚਾਹੇ ਸੈਲਫ ਇੰਪਲੋਇਮੈਂਟ ਹੈ ਚਾਹੇ ਸਰਕਾਰੀ ਨੌਕਰੀ ਚਾਹੇ ਕੁਛ ਵੀ ਹੈ ਕੋਈ ਉਮੀਦ ਨਾ ਰਹਿਣਾ ਅਤੇ ਦੂਜਾ ਉਹਦੇ ਵਿੱਚ ਇਹ ਹੈ ਜਦੋਂ ਬੇਉਮੀਦ ਹੋ ਜਾਂਦੇ ਨੇ ਜਦੋਂ ਨਸ਼ੇ ਪੱਤੇ ਦੇ ਉੱਤੇ ਲੱਗਦੇ ਨੇ ਤਾਂ ਬੇਉਮੀਦੀ ਜਿੱਦੇ ਨਸ਼ਾ ਟੁੱਟਦਾ ਉਦੋਂ ਜ਼ਿਆਦਾ ਉਹਦੇ 'ਤੇ ਅਸਰ ਕਰਦੀ ਹੈ ਸਧਾਰਨ ਬੰਦੇ 'ਤੇ ਉਨਾ ਅਸਰ ਨਹੀਂ ਕਰਦੀ ਬੇਉਮੀਦੀ ਜਿੰਨਾ ਨਸ਼ਾ ਜਦ ਬੰਦ ਹੁੰਦਾ ਦੋਨੋਂ ਹੀ ਪਰਿਸਥਿਤੀਆਂ ਦੇ ਵਿੱਚ ਸਰਕਾਰੀ ਸਿਸਟਮ ਜ਼ਿੰਮੇਵਾਰ ਹੈ ਮੈਂ ਸਿਆਸਤ ਨੂੰ ਜ਼ਿੰਮੇਵਾਰ ਤਾਂ ਕਹਿ ਰਿਹਾ ਵੱਡਾ ਜੇ ਸਿਆਸਤ ਫੈਸਲਾ ਕਰ ਲਏ ਤਾਂ ਫਿਰ ਜਿਹੜੀ ਪੁਲਿਸ ਜਾਂ ਪ੍ਰਸ਼ਾਸਨ ਰਲਿਆ ਹੁੰਦਾ ਹੈ ਨਸ਼ਿਆਂ ਦੇ ਨਾਲ ਰਲਿਆ ਹੋਇਆ ਇਹ 'ਚ ਕੋਈ ਸ਼ੱਕ ਨਹੀਂ ਹੈ ਇੱਥੇ ਫੜੇ ਗਏ ਨੇ ਫਿਰ ਉਹ ਸਟਰੋਂਗ ਮੈਸੇਜ ਜਾਂਦਾ ਵੀ ਦੇਖੋ ਇਹ ਪੁੱਗਣਾ ਨਹੀਂ ਹੈ ਫਿਰ ਉਹ ਆਪੇ ਸਿੱਧੇ ਹੁੰਦੇ ਠੀਕ ਹੈ ਸੰਗੜਾ ਸਾਹਿਬ ਵੈਸੇ ਮੈਂ ਵਾਰ ਵਾਰ ਇੱਕ ਗੱਲ ਨਹੀਂ ਕਹਿਣਾ ਚਾਹੁੰਦਾ ਗਾ ਪਰ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹੁੰਦਾ ਤੁਸੀਂ ਆਪਣੀ ਪਾਰਟੀ ਤੱਕ ਜੇ ਪਹੁੰਚਾ ਸਕੋ ਤਾਂ ਤੁਹਾਡੇ ਪਾਰਟੀ ਦੇ ਪ੍ਰਧਾਨ ਜਦੋਂ ਇਹ ਗੱਲ ਕਹਿੰਦੇ ਆ ਅਤੇ ਤੁਹਾਡੇ ਪਾਰਟੀ ਦੇ ਸੁਪਰੀਮੋ ਜਦੋਂ ਇਹ ਗੱਲ ਕਹਿੰਦੇ ਆ ਕਿ ਮਾਨ ਸਾਹਿਬ ਨੇ ਸ਼ਰਾਬ ਛੱਡੀ ਕੁਰਬਾਨੀ ਦਿੱਤੀ ਮੈਂ ਕਹਿੰਦਾ ਇਹਨੂੰ ਤੋਂ ਅਵੋਇਡ ਕਰਨਾ ਚਾਹੀਦਾ ਇਸ ਸਿਆਸਤ ਨੂੰ ਤੁਸੀਂ ਕਹੋ ਮੈਂ ਆਪਦੇ ਲਈ ਛੱਡਿਆ ਅਤੇ ਮੈਂ ਹੁਣ ਸੁਧਰ ਗਿਆ ਗੱਲ ਖਤਮ ਹੋ ਗਈ ਤੁਸੀਂ ਕਿਉਂ ਉਸ ਨੂੰ ਕੁਰਬਾਨੀ ਦੇ ਕੇ ਪੇਸ਼ ਕਰਦੇ ਹੋ ਮਾਫ਼ ਕਰਨਾ ਮੈਨੂੰ ਸਵਾਲ ਕਰਨਾ ਪੈਣਾ ਸੰਗੜਾ ਸਾਹਿਬ ਨਹੀਂ ਤੁਸੀਂ ਇਹ ਸਾਰੇ ਮੇਨ ਮੁੱਦੇ ਤੋਂ ਨਾ ਅਲੱਗ ਗੱਲ ਸਾਈਡ ਨੂੰ ਲਿਆ ਰਹੇ ਹੋ ਨਹੀਂ ਨਹੀਂ ਕਿਉਂਕਿ ਸਿਆਸਤ ਦਾ ਸਵਾਲ ਆਇਆ ਸਿਆਸਤ ਦਾ ਸਵਾਲ ਸਿਆਸਤ 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 ਨੂੰ ਵੇਖ ਕੇ ਨੌਜਵਾਨ ਅੱਗੇ ਵੱਧਦਾ ਬਹੁਤ ਗੰਭੀਰ ਬਹਿਸ ਚੱਲ ਰਹੀ ਸੀਗੀ ਉਹਦੇ ਵਿੱਚ ਤੁਸੀਂ ਮਤਲਬ ਇਸ ਗੱਲ ਨੂੰ ਦੈਟ ਵਾਜ਼ ਏ ਟੋਕਨ ਥਿੰਗ ਮਾਨ ਸਾਹਿਬ ਕਿਉਂਕਿ ਨਿਧੜਕ ਹੋ ਕੇ ਬੜੇ ਦਲੇਰੀ ਦੇ ਨਾਲ ਜਿੰਨੀ ਉਹਨਾਂ ਨੇ ਦਲੇਰੀ ਦਿਖਾਈ ਆ ਸ਼੍ਰੋਮਣੀ ਅਕਾਲੀ ਦਲ ਦੇ ਵਿਰੁੱਧ ਹੋਰ ਪਾਰਟੀਆਂ ਦੇ ਵਿਰੁੱਧ ਉਹਨਾਂ ਨੇ ਬੇਬਾਕੀ ਨਾਲ ਸਾਰੇ ਪਰਦੇ ਫਾਸ਼ ਕੀਤੇ ਆ ਮਾਫੀਆ ਰਾਜ ਤੋਂ ਲੈ ਕੇ ਸਾਰਾ ਕੁਛ ਔਰ ਉਹਨਾਂ ਨੂੰ ਘੇਰਨ ਲਈ ਸਾਰੇ ਇਕੱਠੇ ਹੋ ਜਾਂਦੇ ਆ ਇਸ ਵੇਲੇ ਸੰਗਰੂਰ ਦੇ ਵਿੱਚ ਜ਼ੋਰ ਲੱਗਿਆ ਪਿਆ ਸਾਰੀਆਂ ਪਾਰਟੀਆਂ ਦਾ ਭਗਵਾਨ ਦਾ ਹੱਥ ਦੇ ਕੇ ਤੁਸੀਂ ਪਾਸੇ ਲੈ ਮੈਨੂੰ ਗੱਲ ਕਰਨ ਤੇ ਮੈਂ ਨਹੀਂ ਮੇਰਾ ਸਵਾਲ ਇਹ ਤੁਹਾਡੀ ਗੱਲ ਲਾਉਂਗਾ ਸੰਗੜਾ ਸਾਹਿਬ ਮੇਰਾ ਸਵਾਲ ਇਹ ਸੀਗਾ ਤੁਸੀਂ ਇਹ ਗੱਲ ਕਹਿੰਦੇ ਕਿ ਅੱਜ ਮੈਂ ਸ਼ਰਾਬ ਛੱਡਤੀ ਹੈ ਹੁਣ ਮੈਂ ਨਸ਼ੇ ਦੇ ਖਿਲਾਫ ਤੁਹਾਡੇ ਸਾਰਿਆਂ ਨਾਲ ਡਟ ਕੇ ਖੜੂੰਗਾ ਇਹ ਗੱਲ ਕਹਿੰਦੇ ਤੁਸੀਂ ਤਾਂ ਕਹਿੰਦੀ ਮੈਂ ਪੰਜਾਬ ਲਈ ਕੁਰਬਾਨੀ ਦਿੱਤੀ ਮੇਰੇ ਤਾਂ ਇਹ ਸਵਾਲ ਤੋਂ ਦਿੱਕਤ ਹੈ ਸੰਗੜਾ ਸਾਹਿਬ ਤੁਸੀਂ ਸਵਾਲ ਮੈਨੂੰ ਪੁੱਛਿਆ ਜਵਾਬ ਤਾਂ ਦੇਣ ਦਾ ਮੇਰਾ ਹੱਕ ਹੈ ਨਾ ਦੋ ਜਵਾਬ ਦੋ ਹਾਂ ਪਹਿਲੀ ਗੱਲ ਤਾਂ ਤੁਸੀਂ ਪਹਿਲਾਂ ਮੈਨੂੰ ਬਾਈਪਾਸ ਕਰਤਾ ਇਦਾਂ ਹੀ ਜਿੱਦਾਂ ਮੇਰੇ ਡਿਪਾਰਟਮੈਂਟ 'ਚ ਮੈਨੂੰ ਹਰ ਵਾਰੀ ਬਾਈਪਾਸ ਕਰਕੇ ਚੌਥੇ ਬੰਦੇ ਤੋਂ ਪੈਸੇ ਲੈ ਕੇ ਉਹਨੂੰ ਤਰੱਕੀ ਦਿੰਦੇ ਰਹੇ ਆ ਇਦਾਂ ਤੁਸੀਂ ਮੈਨੂੰ ਬਾਈਪਾਸ ਕਰੀ ਜਾਂਦੇ ਹੁਣ ਮੈਨੂੰ ਬੋਲਣ ਨਹੀਂ ਦਿੰਦੇ ਇਹ ਤੁਹਾਡਾ ਨਹੀਂ ਹਾਂ 10 ਲੱਖ ਰੁਪਈਆ ਇੱਕ ਮੰਤਰੀ ਨੇ ਲਿਆ ਮੈਂ ਅਜੇ ਤੱਕ ਅਦਾਲਤ 'ਚ ਧੱਕੇ ਖਾਂਦਾ ਚੌਥੇ ਬੰਦੇ ਨੂੰ ਜਨਰਲ ਮੈਨੇਜਰ ਬਣਾਤਾ ACRs ਮੇਰੀਆਂ ਐਕਸਲੈਂਟ ਸੀਗੀਆਂ ਇਦਾਂ ਹੀ ਤੁਸੀਂ ਕਰੀ ਜਾਂਦੇ ਮੈਂ ਸੱਚ ਬੋਲਣ ਵਾਲਾ ਬੰਦਾ ਮੈਨੂੰ ਬੋਲਣ ਨਹੀਂ ਦਿੰਦੇ ਤੁਸੀਂ ਬੋਲੋ ਬੋਲੋ ਸਰ ਬੋਲੋ ਮੈਂ ਇਹ ਕਹਿੰਦਾ ਵੀ ਮਾਨ ਸਾਹਿਬ ਦੀ ਨਸ਼ੇ ਦੀ ਐਡੀ ਕੋਈ ਪ੍ਰੋਬਲਮ ਨਹੀਂ ਸੀ ਸਾਰੇ ਹੀ ਕਰਦੇ ਆ ਹਾਂਜੀ ਜੋ ਕਹਿੰਦੇ ਡਰਿੰਕ ਦੀ ਗੱਲ ਸੀ ਜਾਂ ਹੋਰ ਸੀਗੀ ਉਹਨਾਂ ਦੀ ਗੱਲ ਨੂੰ ਉਹਨਾਂ ਨੂੰ ਬਦਨਾਮ ਕਰਨ ਲਈ ਚਾਰੇ ਪਾਸੋਂ ਘੇਰ ਰਹੇ ਆ ਹੁਣ ਵੀ ਤੁਸੀਂ ਉਹਨਾਂ ਦੀ ਗੱਲ ਤਾਂ ਛੇੜੀ ਆ ਤਾਂ ਕਿ ਸਾਰੇ ਭਰਿੰਡ ਵਾਂਗੂ ਮੈਨੂੰ ਪੈ ਜਾਣ ਹਾਂਜੀ ਸੰਗੜਾ ਸਾਹਿਬ ਮੈਂ ਉਹ ਤੁਹਾਡੀ ਗੱਲ ਜੇ ਮੈਂ ਇੱਦਾਂ ਹੀ ਕਰਨਾ ਹੁੰਦਾ ਜੇ ਮੈਂ ਇੱਦਾਂ ਹੀ ਕਰਨ ਦਾ ਭਰਿੰਡਾ ਵਾਂਗੂ ਤੁਹਾਨੂੰ ਪਾਉਣਾ ਹੈਗਾ ਮੈਂ ਸਵਾਲ ਤੁਹਾਨੂੰ ਸਿੱਧਾ ਕਰਦਾ ਮੈਂ ਤਾਂ ਤੁਹਾਨੂੰ ਕਿਹਾ ਵੀ ਤੁਸੀਂ ਆਪਣੀ ਪਾਰਟੀ ਦਾ ਵੀ ਸੁਨੇਹਾ ਬਚਾਓ ਉਦਾਂ ਕੇਪੀ ਸਿੰਘ ਜੀ ਉਹ ਗੱਲ ਤੁਹਾਡੀ ਸਹੀ ਆ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਸੰਗੜਾ ਸਾਹਿਬ ਤੁਸੀਂ ਕਹਿ ਰਹੇ ਹੋ ਸਾਰੀ ਨਹੀਂ ਹੁਣ ਤੁਸੀਂ ਇਹ ਗੱਲ ਕਹਿ ਰਹੇ ਹੋ ਸਾਰੀ ਕਰਦੇ ਬਾਲ ਸਾਹਿਬ ਕਹਿ ਰਹੇ ਅੱਧੇ ਕਰਦੇ ਮੈਂ ਤਾਂ ਸਮਝ ਨਹੀਂ ਆ ਜੇ ਉਹ ਇਹੀ ਹੋਵੇ ਗੱਲ ਜੇ ਉਹ ਇਹੀ ਗੱਲ
ਬੜੀ ਬੇਬਾਕੀ ਨਾਲ ਹਾਂਜੀ ਸਚਾਈ ਨਾਲ ਸੁਧਾਰਨ ਘੰਟ ਚੋਂ ਪੈਦਾ ਹੋਏ ਆ ਇੱਕ ਕਲਾਕਾਰ ਰਹੇ ਆ ਲੱਖਾਂ ਦੀ ਆਮਦਨ ਛੱਡ ਕੇ ਆਏ ਹਾਂਜੀ ਤੇ ਤੁਸੀਂ ਉਹਨਾਂ ਨੇ ਇਸ ਗੱਲ ਨੂੰ ਜੜੋਂ ਵੱਢਣ ਲਈ ਲੋਕਾਂ ਦੇ ਮੂੰਹ ਬੰਦ ਕਰ ਲਏ ਉਹਨਾਂ ਨੇ ਸਾਰਾ ਕੁਝ ਛੱਡ ਦਿੱਤਾ ਛੱਡ ਦਿੱਤਾ ਦਾ ਐਲਾਨ ਕਰਤਾ ਉਹ ਚ ਮਾੜੀ ਗੱਲ ਬੁੱਟਾ ਸਿੰਘ ਬਰਾਗੀ ਬੁੱਟਾ ਸਿੰਘ ਬਰਾਗੀ ਤੁਸੀਂ ਗੱਲ ਉਹਨਾਂ ਲਈ ਕਰ ਰਹੇ ਆ ਜਿਹੜੇ ਵੱਡੇ ਵੱਡੇ ਬੁੱਟਾ ਸਿੰਘ ਬਰਾਗੀ ਸਰਕਾਰਾਂ ਜਿਹੜੀਆਂ ਨਸ਼ੇ ਨੂੰ ਪ੍ਰਮੋਟ ਕਰਦੀਆਂ ਹਾਂਜੀ ਪੁਲਿਸ ਖੁਦ ਰਲੀ ਹੋਈ ਆ ਸਿਆਸਤਦਾਨ ਖੁਦ ਰਲੇ ਹੋਏ ਨੇ ਨੈਕਸਸ ਬਣਿਆ ਹੋਇਆ ਨਸ਼ੇ ਦਾ ਮਾਫੀਆ ਬੁੱਟਾ ਸਿੰਘ ਬਰਾਗੀ ਜਿਹੜਾ ਕੰਮ ਕਰ ਰਿਹਾ ਸੀ ਤੁਹਾਡਾ ਬਿਆਨ ਆ ਗਿਆ ਹੁਣ ਉਹਨੇ ਸ਼ਰਾਬ ਛੱਡਤੀ ਉਹਨੇ ਉਸ ਸਟੇਜ ਤੋਂ ਕਹਿੰਦਾ ਸ਼ਰਾਬ ਛੱਡਤੀ ਉਹਦੇ ਮਗਰ ਬੁੱਟਾ ਸਿੰਘ ਬਰਾਗੀ ਬੁੱਟਾ ਸਿੰਘ ਬਰਾਗੀ ਇਹ ਸਿਆਸਤ ਨੂੰ ਸਵਾਲ ਨਾ ਕਰੀਏ ਨਹੀਂ ਬਿਲਕੁਲ ਸਵਾਲ ਬਣਦਾ ਜੀ ਕਿਉਂਕਿ ਨਸ਼ੇ ਦਾ ਤੇ ਸਿਆਸਤ ਦੇ ਡਿਬੇਟ ਚੱਲ ਰਹੀ ਆ ਉਹ ਬੰਦਾ ਦੋਨਾਂ ਚੀਜ਼ਾਂ ਦਾ ਕੋਂਬੀਨੇਸ਼ਨ ਸੀ ਹੈ ਤਾਂ ਨਹੀਂ ਮੈਂ ਕਹੂੰਗਾ ਮੈਂ ਇੱਥੇ ਸਾਡੇ ਵੱਡੇ ਭਰਾ ਬੈਠੇ ਨੇ ਸੰਘੇੜਾ ਸਾਹਿਬ ਅਤੇ ਮੀਡੀਆ 'ਚ ਵੀ ਇਹ ਗੱਲ ਕਹਿਣੀ ਚਾਹੁੰਦਾ ਜੇ ਵਾਕਿਆ ਹੀ ਉਹਨੇ ਛੱਡਤੀ ਆ ਆਪਦੀ ਮਾਂ ਦੀ ਉਹਨੇ ਕਸਮ ਖਾਧੀ ਸੀ ਸਟੇਜ 'ਤੇ ਨੋਮੀਨੇਸ਼ਨ ਪੇਪਰ ਹੋਣੇ ਆ ਨਾਲ ਡੋਪ ਟੈਸਟ ਦੇ ਆਵੇ ਆਪਦਾ ਪ੍ਰੈਸ 'ਚ ਦੇ ਦੇਵੇ ਮੀਡੀਆ 'ਚ ਦੇ ਦੇਵੇ ਸਾਰਿਆਂ ਨੂੰ ਪਤਾ ਲੱਗ ਜੂ ਮੈਨੂੰ ਲੱਗਦਾ ਕਿਸੇ ਹੱਦ ਤੱਕ ਸਵਾਲ ਵੀ ਹੁਣ ਉਹ ਹਟ ਜਾਣਗੇ ਅਤੇ ਸਾਡੇ ਵਰਗੇ ਜਿਹੜੇ ਭਰਿੰਡਾਂ ਵਾਂਗੂ ਇਹਨਾਂ ਨੂੰ ਪੈਂਦੇ ਨੇ ਸ਼ਾਇਦ ਉਹ ਵੀ ਪੈਣੋਂ ਹਟ ਜਾਣਗੇ ਮੈਂ ਕੇ ਪੀ ਸਿੰਘ ਜੀ ਗੱਲ ਡਾਕਟਰ ਸਾਹਿਬ ਨੇ ਗੱਲ ਚੱਕੀ ਸੀ ਡੋਪ ਟੈਸਟ ਦੀ ਇੱਕ ਲਾਈਨ 'ਚ ਦੇ ਦੇਵਾਂ ਜਵਾਬ ਡੋਪ ਟੈਸਟ ਤੁਸੀਂ ਵਕੀਲ ਹੋ ਵੀਰ ਜੀ 6 ਮਹੀਨਿਆਂ ਦਾ ਹੁੰਦਾ ਜੀ ਡੋਪ ਟੈਸਟ ਜਿਹੜਾ ਤੁਸੀਂ ਕਹਿੰਦੇ ਆ ਨਾ ਮੈਂ ਉਹੀ 6 ਮਹੀਨਿਆਂ ਦਾ ਦੱਸਣ ਲੱਗਾ ਹਾਂ ਜਿਹੜਾ ਡੋਪ ਟੈਸਟ ਤੁਸੀਂ ਕਹਿੰਦੇ ਆ ਜਿਹੜੇ ਵੱਡੇ ਬੰਦੇ ਆ ਉਹਨਾਂ ਦੇ ਘਰੇ ਹੀ ਸਹੀ ਹੋ ਕੇ ਆ ਜਾਣਾ ਆ ਮੈਂ ਮੈਂ ਡੋਪ ਟੈਸਟ ਕਹਿ ਰਿਹਾ ਮੈਂ ਕਹਿੰਦਾ ਨਹੀਂ ਗੱਲ ਤੋਂ ਵੀ ਸਹੀ ਹੋ ਮੈਂ ਡੋਪ ਟੈਸਟ ਕਰਾ ਮੇਰਾ ਬਲੱਡ ਗਰੁੱਪ ਵੀ ਬੰਦ ਨਹੀਂ ਨਹੀਂ ਜਿਹੜੀ ਗੱਲ ਸੰਘੜਾ ਸਾਹਿਬ ਕਹਿ ਰਹੇ ਨੇ ਉਹ ਚਲੋ ਠੀਕ ਹੈ ਇਹ ਵੱਖਰੀ ਦੇ ਵੱਖਰੀ ਦੀ ਗੱਲ ਹੈ ਉਸ ਡੋਪ ਪਰ ਡੋਪ ਕੱਲਾ ਡੋਪ ਟੈਸਟ ਦੀ ਸਮੱਸਿਆ ਦਾ ਹੱਲ ਨਹੀਂ ਹੈਗਾ ਬੁੱਟਾ ਹੱਲ ਨਹੀਂ ਪਰ ਡੋਪ ਟੈਸਟ ਦੀ ਸਮੱਸਿਆ ਦਾ ਹੱਲ ਮੇਰਾ ਬਲੱਡ ਗਰੁੱਪ ਹੀ ਸਿਵਲ ਹਸਪਤਾਲ ਨੇ ਗਲਤ ਟੈਸਟ ਕੀਤਾ ਸਾਨੂੰ ਦੀ ਤਹਿ ਤੱਕ ਜਾਣਾ ਸਾਰਾ ਗਲਤ ਆ ਮੈਂ ਇਹਨਾਂ ਨੂੰ ਮੈਂ ਇਹਨਾਂ ਨੂੰ 102% ਬੇਈਮਾਨ ਨਹੀਂ ਮੰਨਦਾ ਮੈਂ 90% ਮੰਨਦਾ ਮੈਂ ਕਹਿੰਦਾ ਡੋਪ ਟੈਸਟ ਕੱਲਾ ਹੀ ਦੇ ਦੇਣ ਪੰਜਾਬੀ ਤੇ ਮੀਡੀਆ ਵਿਸ਼ਵਾਸ ਕਰ ਲਓ ਬਾਕੀ ਮੈਂ ਗੱਲ ਡਾਕਟਰ ਸਾਹਿਬ ਜੀ ਤੋਂ ਚੱਕਣਾ ਚਾਹੁੰਦਾ ਸੰਘੇੜਾ ਸਾਹਿਬ ਹੋ ਗਿਆ ਹਾਂ ਠੀਕ ਬੱਚੇ ਮਰ ਰਹੇ ਨੇ ਆਪਾਂ ਤੁਸੀਂ ਵੀ ਕੋਟ ਕੀਤਾ ਦੇਖਣ ਵਾਲੀ ਇਹ ਗੱਲ ਅੱਜ ਮਾਂ ਪਿਓ ਵੀ ਮਰ ਰਹੇ ਨੇ ਮਾਂ ਪਿਓ ਨੂੰ ਬੱਚੇ ਮਾਰ ਰਹੇ ਨੇ ਜਿਨ੍ਹਾਂ ਦੀ ਨਸ਼ੇ ਦੀ ਪੂਰਤੀ ਨਹੀਂ ਹੁੰਦੀ ਕ੍ਰਾਈਮ ਵੱਧਦਾ ਪਿਆ ਕੇ ਪੀ ਸਿੰਘ ਜੀ ਬੜੇ ਜ਼ਿੰਮੇਵਾਰੀ ਨਾਲ ਤੇ ਬੜੇ ਭਾਰੀ ਮਨ ਨਾਲ ਮੈਂ ਇਹ ਗੱਲ ਇੱਥੇ ਦੱਸਣੀ ਚਾਹੁੰਦਾ ਜਿਹੜੇ ਸਾਡੇ ਪੋਲੀਟੀਸ਼ੀਅਨਸ ਗਾਰਡ ਚੱਕੀ ਫਿਰਦੇ ਨੇ ਪੁਲਿਸ ਵਾਲੇ ਚੱਕੀ ਫਿਰਦੇ ਨੇ ਇਹ ਵਾਪਸ ਆ ਜਾਣ ਕਿਉਂਕਿ ਅੱਜ ਪੜ੍ਹਿਆ ਲਿਖਿਆ ਵਰਗ ਨਸ਼ੇ ਦੀ ਦਲਦਲ 'ਚ ਬੇਰੁਜ਼ਗਾਰੀ ਕਰਕੇ ਫਸਿਆ ਪਿਆ ਤੇ ਜਾਨ ਉਹਨਾਂ ਦੀ ਵੀ ਸੁਰੱਖਿਅਤ ਨਹੀਂ ਗੀ ਬਹੁਤ ਛਿੱਤਰ ਪੈਂਦੇ ਦੇਖਿਓ ਉਹਨਾਂ ਦੀਆਂ ਧੌਣਾਂ ਵੜਦੀਆਂ ਦੇਖਿਓ ਇਹ ਆਪ ਉਸ ਦਾ ਨਿਜ਼ਾਮ ਇਕੱਠਾ ਹੋਇਆ ਵਿਆ ਜਿਹੜਾ ਆਪ ਦੇ ਆਪ ਨੂੰ ਬਚਾ ਰਿਹਾ ਜਿਹੜਾ ਮਰਦਾ ਮਰੇ ਕੋਈ ਅੱਜ ਹਾਲਾਤ ਇਹ ਹੋਏ ਵੇ ਆ ਪੰਜਾਬ ਦੇ ਕਿਉਂਕਿ ਪੜ੍ਹਿਆ ਲਿਖਿਆ ਵਰਗੇ 'ਚ ਜਾਣਾ ਚਾਹੁੰਦਾ ਬਹੁਤ ਜਾ ਚੁੱਕਿਆ ਵਾ ਕਿਉਂਕਿ ਜੋਬਸ ਵਗੈਰਾ ਹੈ ਨਹੀਂ ਬਾਕੀ ਹੋਰ ਗੱਲ ਥੋੜ੍ਹੀ ਜਿਹੀ ਮੈਂ ਕਹਿਣੀ ਚਾਹੁੰਦਾ ਦੇਖੋ ਕੇ ਪੀ ਸਿੰਘ ਜੀ ਪੰਜਾਬ ਦੀ ਤਰਾਸਤੀ ਇਹ ਆ ਫਾਰਮ ਲੈਂਡ ਆ ਇੱਥੇ 80% ਅਸੀਂ ਐਗਰੀਕਲਚਰ 'ਤੇ ਡਿਪੈਂਡੈਂਟ ਆ ਨਾ ਤਾਂ ਸਾਡੇ ਮਿਨੀਮਮ ਵੇਜਿਸ ਐਕਟ ਇੱਥੇ ਲਾਗੂ ਆ ਨਾ ਸਾਡੇ ਵਰਕਿੰਗ ਆਵਰ ਫਿਕਸ ਨੇ ਜਿਹਦਾ ਅਸੀਂ ਚਾਮੋ ਦੇੜਦੇ ਹਾਂ ਲੇਬਰ ਦਾ ਸਵੇਰ ਤੋਂ ਲੈ ਕੇ 16-16 ਘੰਟੇ ਤੱਕ ਬਹੁੰਦੇ ਹਾਂ ਜੱਟ ਅਸੀਂ ਆਪ ਫਾਰਮਰ ਨਸ਼ੇ ਨੂੰ ਪ੍ਰਮੋਟ ਕਰਦੇ ਹਾਂ ਕਿਤੇ ਨਾ ਕਿਤੇ ਭੁੱਖੀ ਲਵਾ ਕੇ ਉਹਨਾਂ ਤੋਂ ਕੰਮ ਕਰਾਉਂਦੇ ਹਾਂ ਹੁਣ ਹਾੜੀ ਅਤੇ ਜੀਰੀ ਦਾ ਸੀਜ਼ਨ ਆ ਚੁੱਕਿਆ ਹਾਲਾਤ ਪੰਜਾਬ ਦੇ ਇਹ ਆ ਗੌਰਮੈਂਟ ਨੂੰ ਇਕੱਲੇ ਮੈਡੀਕਲ ਸ਼ੋਪਾਂ 'ਤੇ ਨਹੀਂ ਇਹ ਮਿਨੀਮਮ ਵੇਜਿਸ ਐਕਟ ਅਤੇ ਜਿਹੜੇ ਵਰਕਿੰਗ ਆਵਰਸ ਨੇ ਡਾਕਟਰ ਗਾਂਧੀ ਜਿਹੜੇ ਨੂੰ ਪ੍ਰਮੋਟ ਕਰਦੇ ਤੁਸੀਂ ਉਸਦਾ ਵਿਰੋਧ ਕਰਦੇ ਹੋ ਮੈਂ ਕਿਹਦਾ ਵਿਰੋਧ ਕਰਦਾ ਕਿਹਦਾ ਨਹੀਂ ਮੈਂ ਆਪਦੀ ਸਬਮਿਸ਼ਨ ਕਰਦਾ ਮੈਂ ਨਹੀਂ ਜੇ ਸਿਆਸਤਦਾਨ ਨੂੰ ਸਵਾਲ ਕਰਨਾ ਹੈ ਨਹੀਂ ਬੁੱਟਾ ਸਿੰਘ ਬਿਲਕੁਲ ਬਿਲਕੁਲ ਜੇ ਭਗਵੰਤ ਮਾਨ ਤੇ ਸਵਾਲ ਪੁੱਛਿਆ ਜਾ ਸਕਦਾ ਹੈ ਫਿਰ ਤੁਹਾਡੇ ਸਹਿਯੋਗੀ ਡਾਕਟਰ ਗਾਂਧੀ ਤੇ ਵੀ ਸਵਾਲ ਪੁੱਛਿਆ ਜਾਣਾ ਲਾਜ਼ਮੀ ਹੈ ਮੈਂ ਜਰਦੇ ਤੋਂ ਲੈ ਕੇ ਸਾਰੇ ਹੀਰੋਇਨ ਤੱਕ ਵਿਰੋਧ ਕਰਦਾ ਨਸ਼ਾ ਕੋਈ ਵੀ ਨਹੀਂ ਚਾਹੀਦਾ ਕੋਈ ਵੀ ਉਹਨੂੰ ਪ੍ਰਮੋਟ ਪਰ ਉਹਦੇ ਹੱਲ ਲਈ ਕੀ ਹੋਣਾ ਕੀ ਨਹੀਂ ਚਾਹੀਦਾ ਉਹ ਡਾਕਟਰ ਸਾਹਿਬ ਨੇ ਸਟੱਡੀ ਕੀਤੀ ਹੈ ਉਹਦੀ ਮੈਂ ਸਟੱਡੀ ਨਹੀਂ ਮੈਂ ਤਾਂ ਤੁਹਾਡੇ ਮੂਹਰੇ ਡਾਕਟਰ ਗਾਂਧੀ ਦੇ ਦਾਅਵੇ ਦੀ ਤੁਸੀਂ ਮੁਖਾਲਫਤ ਕਰਦੇ ਹੋ ਹਮਾਇਤ ਕਰਦੇ ਹੋ ਬਹੁਤ ਸਿੰਪਲ ਸਵਾਲ ਜੇ ਭੁੱਕੀ ਤੇ ਅਫੀਮ ਇਸ ਜਿਹੜੀਆਂ ਮਾਰੂ ਕ੍ਰਾਈਮ ਰੋਕੂ ਜਿਹੜੇ ਨਸ਼ੇ ਅੱਜ ਸਮਾਜ ਵਿੱਚ ਆ ਗਏ ਆ ਉਹਨਾਂ ਨੂੰ ਠੱਲ ਪਾਉਣ ਲਈ ਜੇ ਹੱਲ ਹੈ ਤਾਂ ਉਹਨੂੰ ਕੁਛ ਡਿਊਰੇਸ਼ਨ ਲਈ ਜਵਾਬ ਹੈ ਜਵਾਬ ਡਿਪਲੋਮੈਟਿਕ ਜਵਾਬ ਹੈ ਤੁਹਾਡਾ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਆਖਰੀ ਹਿੱਸੇ ਵਿੱਚ ਆਵਾਂਗੇ ਜਦੋਂ ਸਿਆਸਤ ਨੂੰ ਸਵਾਲ ਪੁੱਛੇ ਜਾਂਦੇ ਆ ਫਿਰ ਸਮਝ ਨਹੀਂ ਆਉਂਦੀ ਵੀ ਸਵਾਲ ਆ ਜਿਹੜਾ ਕਿਹੜੇ ਸਵਿੱਚ ਦੱਬ ਕੇ ਪੁੱਛਿਆ ਜਾਵੇ ਜਦੋਂ ਸਾਨੂੰ ਸਮਝਾਇਆ ਜਾਂਦਾ ਕਿ ਸਵਾਲ ਕਿਹੜਾ ਪੁੱਛਿਆ ਜਾਣਾ ਚਾਹੀਦਾ ਹੈਗਾ ਫਿਰ ਸਵਾਲ ਉੱਠਣ ਲਾਜ਼ਮੀ ਹੈ ਕਿ ਸਾਡੇ ਸਵਾਲਾਂ ਵਿੱਚ ਕੋਈ ਤਾਂ ਦਮ ਹੈ ਜਿਹਦੇ ਕਰਕੇ ਸਾਨੂੰ ਸਮਝਾਇਆ ਜਾਣ ਲੱਗ ਪਿਆ ਕਿ ਸਵਾਲ ਆਹ ਪੁੱਛਿਆ ਜਾਣਾ ਚਾਹੀਦਾ ਇਸ ਕਰਕੇ ਸਵਾਲ ਪੁੱਛਣਾ ਬਣਦਾ ਹੈਗਾ ਨਸ਼ੇ ਦਾ ਸਵਿੱਚ ਕੇ ਸਾਥ ਬ੍ਰੇਕ ਤੋਂ ਵਾਪਸ ਆ ਕੇ ਫਿਰ ਪੁੱਛੂੰਗਾ ਸਵਾਲ ਇੱਕੋ ਪੁੱਛ ਰਹੇ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਨੌਜਵਾਨਾਂ ਨੂੰ ਸ਼ਿਕਾਰ ਬਣਾ ਰਿਹਾ ਨਸ਼ਾ ਸਿਆਸਤ ਲਈ ਕੌਮੀ ਮੁੱਦਾ ਕਿਉਂ ਨਹੀਂ ਡਾਕਟਰ ਗਰਗ ਡੋਪ ਟੈਸਟ ਬਾਰੇ ਇੱਕ ਵਾਰ ਗੱਲ ਕੀਤੀ ਜਾਂਦੀ ਅਸੀਂ ਪਹਿਲਾਂ ਵੀ ਡਿਬੇਟ ਕਰ ਚੁੱਕੇ ਹਾਂ ਤੇ ਗਰਗ ਸਾਹਿਬ ਥੋੜ੍ਹਾ ਜਿਹਾ ਸਮਝਾ ਦਿਓ ਕਿ ਡੋਪ ਟੈਸਟ ਜਿਹੜੀ ਇਹ ਡਿਮਾਂਡ ਕਰਦੇ ਹੈ ਉਹ ਸਮੱਸਿਆ ਦਾ ਹੱਲ ਹੈ ਬਿਲਕੁਲ ਨਹੀਂ ਹੈ ਇਹ ਜਿਹੜਾ
ਨਹੀਂ ਨਹੀਂ ਸ਼ਰਾਬ ਦਾ ਵੱਖਰਾ ਲੈਣਾ ਪੈਂਦਾ ਉਹ ਉਹਦੇ ਵਿੱਚ ਨਹੀਂ ਦੂਜੀ ਉਹ ਜਿਹਨੂੰ ਡੋਪ ਕਹਿੰਦੇ ਨੇ ਮੈਂ ਉਹਦੀ ਗੱਲ ਕਰਦਾ ਊਂ ਡੋਪ ਜਿਹਨੂੰ ਮਰਜ਼ੀ ਡੋਪ ਦੀ ਡੈਫੀਨੇਸ਼ਨ ਹੀ ਨਹੀਂ ਲੋਕਾਂ ਨੂੰ ਇਹ ਇਸ ਕਰਕੇ ਅਸੀਂ ਨੋਨ ਟੈਕਨੀਕਲ ਤਰੀਕੇ ਨਾਲ ਚੱਲਦੇ ਹਾਂ ਸਰਿੰਜਾ ਬੰਦ ਕਰਦੇ ਹਾਂ ਕਰ ਦਿਓ ਪਰ ਮੋਟੀ ਗੱਲ ਇਹ ਹੈ ਡੋਪ ਟੈਸਟ ਤਾਂ ਇਸ ਗੱਲ ਵਾਸਤੇ ਕਰਦੇ ਹਾਂ ਅਸੀਂ ਵੀ ਇਹ ਬੰਦਾ ਜਿਹੜਾ ਨਸ਼ਾ ਲੈ ਰਿਹਾ ਹੈ ਉਹ ਕਹਿੰਦਾ ਮੈਂ ਲੈਂਦਾ ਨਹੀਂ ਉਹਦਾ ਟੈਸਟ ਕਰਕੇ ਦੇਖਦੇ ਵੀ ਇਹਨੂੰ ਸੱਚਮੁੱਚ ਹੀ ਲੈ ਰਿਹਾ ਫਿਰ ਉਹਨੂੰ ਹਟਾਉਣਾ ਚਾਹੇ ਉਹ ਜੇਲ੍ਹ 'ਚ ਅਸੀਂ ਜੇਲ੍ਹ ਪਟਿਆਲਾ 'ਚ ਮੈਂ ਇੰਚਾਰਜ ਸੀਗਾ ਆਹ ਸਾਰੀਆਂ ਜੇਲ੍ਹਾਂ ਦੇ ਵਿੱਚ ਜਿਹੜੀਆਂ ਸੈਂਟਰ ਜੇਲ੍ਹਾਂ ਨੇ 7-8 ਉਹਨਾਂ ਸਾਰੀਆਂ 'ਚ ਅਸੀਂ ਉੱਥੇ ਸੈਂਟਰ ਖੋਲ੍ਹੇ ਸੀ 2012-13 'ਚ ਅਤੇ ਉਹ ਸੈਂਟਰ ਖੋਲ੍ਹ ਕੇ ਟੈਸਟ ਕਰੇ ਸੀ ਉਹਨਾਂ ਦੇ ਸੋ ਡੋਪ ਟੈਸਟ ਆਪਣੇ ਆਪ 'ਚ ਇਹਦਾ ਕੋਈ ਹੱਲ ਨਹੀਂ ਡੋਪ ਟੈਸਟ ਦਾ ਇੱਕ ਲਾਈਨ 'ਚ ਮੈਂ ਜਵਾਬ ਦੂੰਗਾ ਜਿਵੇਂ ਅਸੀਂ ਟਾਈਫਾਈਡ 'ਚ ਕਹਿੰਦੇ ਹਾਂ ਇੱਕ ਟੈਸਟ ਕਰਦੇ ਹਾਂ ਉਹ ਟਾਈਫਾਈਡ ਦਾ ਇਲਾਜ ਨਹੀਂ ਨਾ ਉਹ ਦੱਸਦਾ ਵੀ ਟਾਈਫਾਈਡ ਹੈ ਸਿਰਫ ਇੰਨਾ ਵੀ ਉਹ ਤੋਂ ਇਹ ਪਤਾ ਲੱਗਦਾ ਵੀ ਹੋ ਸਕਦਾ ਇਹਨੂੰ ਟਾਈਫਾਈਡ ਹੋਵੇ ਇਹ ਡੋਪ ਟੈਸਟ ਵੀ ਇਹ ਜਿਹੇ ਡਰਦੇ ਬੜੇ ਇਹ ਡੋਪ ਟੈਸਟ ਜਿਹੜੇ ਯੂਨੀਵਰਸਿਟੀ ਜਿਹੜੀ ਜਿਹੜੀ ਯੂਨੀਵਰਸਿਟੀ ਵਿੱਚ ਤੁਸੀਂ ਰਹੇ ਹੋ ਡਾਕਟਰ ਗਰਗ ਜਿਹੜੇ ਉਹਨਾਂ ਨੇ ਡੋਪ ਟੈਸਟ ਕੀਤੇ ਸੀ ਉਹ ਵੈਲਿਡ ਹੈ ਕਿ ਨਹੀਂ ਦੇਖੋ ਜਿੱਥੋਂ ਤੱਕ ਸਵਾਲ ਆਇਆ ਮੈਂ ਜਦ ਰਿਹਾ ਉਦੋਂ ਤਾਂ ਅਸੀਂ ਕਰੇ ਨਹੀਂ ਉਸ ਤੋਂ ਬਾਅਦ ਜਿਨ੍ਹਾਂ ਨੇ ਕਰੇ ਨੇ ਮੇਰੀ ਗੱਲ ਸੁਣ ਲਓ ਨਾ ਉਸ ਤੋਂ ਬਾਅਦ ਉਹਨਾਂ ਦੇ ਬਹੁਤ ਜ਼ਿਆਦਾ ਕੁਐਸਚਨ ਹੋਏ ਨੇ ਉਹਨਾਂ ਦੇ ਤੁਸੀਂ ਡੋਪ ਟੈਸਟ ਦੀ ਗੱਲ ਕਰੋ ਉਹਨਾਂ ਦੇ PMT ਦੇ ਕੁਐਸਚਨ ਹੁੰਦੇ ਰਹੇ ਨੇ ਜਿਹੜਾ ਸਭ ਤੋਂ ਵੱਡਾ ਤੁਸੀਂ ਉੱਥੇ ਮੈਂ ਸਿੰਪਲ ਸਵਾਲ ਕਰਦਾ ਉੱਥੋਂ ਦੇ ਡੋਪ ਟੈਸਟ ਦੇ ਨਾਲ ਡਾਕਟਰ ਗਰਗ ਦੀ ਜਿਹੜਾ ਡਾਕਟਰੀ ਤਜਰਬਾ ਹੈਗਾ ਉਹ ਇਤਫਾਕ ਰੱਖਦਾ ਕਿ ਨਹੀਂ ਰੱਖਦਾ ਦੇਖੋ ਡਾਕਟਰੀ ਤਜਰਬਾ ਇਹਦੇ ਵਿੱਚ ਜਿਵੇਂ ਉਹਨਾਂ ਨੇ ਡੋਪ ਟੈਸਟ ਕਰਕੇ ਕਿਹਾ ਵੀ ਇੱਥੇ ਨਸ਼ੇ ਇੰਨੇ ਨਹੀਂ ਹੈਗੇ ਇੰਨੇ ਹੈਗੇ ਤੁਸੀਂ ਉਹਨਾਂ ਅਸਹਿਮਤ ਉਹ ਤਾਂ ਬੰਦੀ ਨਹੀਂ ਅਸਹਿਮਤ ਹੋਣਾ ਤੁਸੀਂ ਡਿਸਐਗਰੀ ਹੋਣਾ ਡਾਟਾ ਕਰਕੇ ਡਿਸਐਗਰੀ ਉਹ ਦੇਖੋ ਜਿੰਨਾ ਚਿਰ ਮੈਂ ਉਹ ਡਾਟਾ ਨਹੀਂ ਦੇਖ ਲੈਂਦਾ ਮੈਂ ਇੱਕ ਗੱਲ ਕਹਾਂਗਾ ਮੈਂ ਟੈਕਨੀਕਲ ਨਹੀਂ ਅਕਾਲੀ ਦਲ ਮੈਂ ਤੁਹਾਨੂੰ ਦੱਸਦਾ ਨਾ ਅਕਾਲੀ ਦਲ BJP ਦੀ ਪਿਛਲੀ ਸਰਕਾਰ ਨੇ ਉਸ ਡੋਪ ਟੈਸਟ ਨੂੰ ਵਾਰ ਵਾਰ ਪ੍ਰਚਾਰਿਆ ਸੀਗਾ ਮੈਂ ਡਟ ਕਰਕ ਉਸ ਦੀ ਬਕਾਇਦਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪੁਲਿਸ ਵਾਲੇ ਨਾਲ ਬੈਠੇ ਸੀਗੇ ਡਾਕਟਰ ਸਾਰੇ ਨਾਲ ਬੈਠੇ ਸੀਗੇ ਉਸ ਨਾਲ ਇਤਫਾਕ ਰੱਖਦੇ ਉਹ ਤਾਂ ਤੁਸੀਂ ਸਾਰਾ ਸੁਣਿਆ ਨਾ ਮੈਂ ਜਿਹੜੀ ਬੇਨਤੀ ਕਰਨੀ ਆ ਇੱਕ ਲਾਈਨ 'ਚ ਜਵਾਬ ਦਿੰਦਾ ਮੈਂ ਇਹਦਾ ਮੈਂ ਇਹ ਕਹਿਣਾ ਵੀ ਜਿਹੜਾ ਉਹਨਾਂ ਨੇ ਟੈਸਟ ਕਰਕੇ ਜੋ ਨਤੀਜੇ ਕੱਢੇ ਉਹ ਨਤੀਜੇ ਸੰਭਵ ਨਹੀਂ ਹੈਗੇ ਪਹਿਲੇ ਸੰਭਵ ਨਹੀਂ ਹੈਗੇ ਬਸ ਠੀਕ ਹੈ ਮੇਰਾ ਜਵਾਬ ਆ ਗਿਆ ਸਰਜੀਤ ਸਿੰਘ ਸਵੱਚ ਤੁਹਾਡੇ ਲਈ ਹੁਣ ਜਿਹੜੀਆਂ ਚੋਣਾਂ ਤੁਸੀਂ ਲੜ ਰਹੇ ਹੋ ਮਿਸ਼ਨ 13 ਜਿਹੜਾ ਤੁਹਾਡਾ ਹੈਗਾ ਉਹਦੇ ਵਿੱਚ ਨਸ਼ਾ ਮੁੱਦਾ ਹੈ ਜਾਂ ਨਹੀਂ ਦੇਖੋ ਨਸ਼ਾ ਮੁੱਦਾ ਸੀਗਾ ਤੇ ਨਸ਼ਾ ਮੁੱਦਾ ਰਹੇਗਾ ਦੇਖੋ ਮੈਂ ਨਾ ਰਹੇਗਾ ਕਦੋਂ ਤੱਕ ਸਵੈ ਸਭ ਇਹ ਬਹੁਤ ਗੰਭੀਰ ਸਵਾਲ ਹੈ ਕਦੋਂ ਤੱਕ ਰਹੇਗਾ ਜਦੋਂ ਤੱਕ ਨਸ਼ਾ 0% ਤੱਕ ਖਤਮ ਨਹੀਂ ਹੁੰਦਾ 100% ਖਤਮ ਨਹੀਂ ਹੁੰਦਾ ਜਦੋਂ ਤੱਕ ਸਾਡੇ ਨੌਜਵਾਨ ਸਾਡੇ ਬੱਚੇ ਜਿਹੜੇ ਇਸ ਬਿਮਾਰੀ ਤੋਂ ਇਸ ਜ਼ਹਿਰ ਤੋਂ ਫ੍ਰੀ ਨਹੀਂ ਹੁੰਦੇ ਇਹਦਾ ਮਤਲਬ 2022 ਤੱਕ ਤੁਸੀਂ ਨਹੀਂ ਮੁਕਾ ਸਕਦੇ ਦੇਖੋ ਮੈਂ ਕੋਈ ਡੈਡਲਾਈਨ ਦਵਾਂ ਕੋਈ ਇਹ ਦਵਾਂ ਉਹ ਮੈਂ ਸੱਚ ਨਹੀਂ ਬੋਲ ਰਿਹਾ ਹੋਵਾਂਗਾ ਇਹ ਇੰਨੀ ਸਮੱਸਿਆ ਮਤਲਬ ਕੈਪਟਨ ਸਾਹਿਬ ਨੇ ਝੂਠ ਬੋਲਿਆ ਨਹੀਂ ਬਿਲਕੁਲ ਨਹੀਂ ਬੋਲਿਆ ਉਹਨਾਂ ਨੇ ਕਿਹਾ ਮੈਂ ਲੱਕ ਤੋੜਦਾਗਾ ਅਤੇ ਅਸੀਂ ਜਿੰਨਾ ਕੰਮ ਨਸ਼ਿਆਂ ਦੇ ਖਿਲਾਫ਼ ਕੀਤਾ ਦੇਖੋ ਇੱਕ ਤਾਂ ਹੁੰਦਾ ਸਰਕਾਰ ਦੇ ਉਹਦੇ ਲੀਡਰ ਪੈਟਰੋਨਾਈਜ਼ ਕਰਨ ਉਹ ਤਾਂ ਬਹੁਤ ਇਸ ਤੋਂ ਘਟਿਆ ਕੋਈ ਹਰਕਤ ਨਹੀਂ ਹੋ ਸਕਦੀ ਸਾਡੀ ਸਰਕਾਰ ਨੇ ਆਉਂਦੇ ਹੀ ਇਸ ਵੱਲ ਪੂਰਾ ਧਿਆਨ ਦਿੱਤਾ ਕਿ ਨਸ਼ਿਆਂ ਨੂੰ ਜਿਹੜੇ ਵੱਡੇ ਵਪਾਰੀ ਹੁਣ ਕਹਿੰਦੇ ਨਾ ਛੋਟੇ ਫੜੇ ਨੇ ਕਿੰਨੇ ਹੀ ਹਜ਼ਾਰਾਂ ਦੀ ਗਿਣਤੀ 'ਚ ਕਮਰਸ਼ੀਅਲ ਕੁਆਂਟਿਟੀ ਵਾਲੇ ਫੜੇ ਨੇ ਜੀ ਕਮਰਸ਼ੀਅਲ ਕੁਆਂਟਿਟੀ ਉਹ ਹੁੰਦੀ ਹੈ ਜਿਹੜੇ ਵਪਾਰੀ ਕਰਦੇ ਨੇ ਵੇਚਦੇ ਨੇ ਜੀ ਉਹ ਹਜ਼ਾਰਾਂ ਦੀ ਗਿਣਤੀ 'ਚ ਉਹ ਫੜੇ ਕਮਰਸ਼ੀਅਲ ਚੋਣਾਂ ਵੇਲੇ ਇੰਨਾ ਨਸ਼ਾ ਫੜਿਆ ਜਾ ਰਿਹਾ ਉਹਦਾ ਕਾਰਨ ਹੈਗਾ ਸਵੈ ਸਭ ਸਵਾਲ ਇਹ ਹੈਗਾ ਤੁਸੀਂ ਪੂਰੇ ਹਿੰਦੁਸਤਾਨ ਦੇ ਅੰਕੜੇ ਚੱਕ ਲਓ ਹਰ ਸਟੇਟ ਦੇ ਚੱਕ ਲਓ ਗੁਜਰਾਤ ਤੋਂ ਲੈ ਕੇ ਉਹ ਜੰਮੂ ਕਸ਼ਮੀਰ ਤੱਕ ਚੱਕ ਲਓ ਜਦੋਂ ਇਲੈਕਸ਼ਨ ਹੁੰਦਾ ਜਦੋਂ ਇਲੈਕਸ਼ਨ ਹੁੰਦਾ ਜਿਹੜਾ ਮਾੜਾ ਆਨਸਰ ਹੁੰਦਾ ਨਾ ਜੀ ਉਹ ਇਸ ਨੂੰ ਹੁਣ ਨੋਟ ਵੀ ਯਾਨੀ ਕਿ ਚੋਣਾਂ ਵਿੱਚ ਨਸ਼ਾ ਵਰਤਿਆ ਜਾਂਦਾ ਚੋਣਾਂ ਵਿੱਚ ਨਸ਼ਾ ਵਰਤਿਆ ਜਾਂਦਾ ਬਹੁਤ ਜ਼ਿਆਦਾ ਇਸ ਕਰਕੇ ਨਸ਼ਾ ਜ਼ਿਆਦਾ ਫੜਿਆ ਜਾਂਦਾ ਕਰਦੇ ਨੇ ਕੋਸ਼ਿਸ਼ ਇਹਨਾਂ ਦੀ ਸਟੇਟਮੈਂਟ ਫਿਰ ਮਹਾਰਾਣੀ ਪ੍ਰਨੀਤ ਕੌਰ ਦੇ ਹਲਕੇ 'ਚੋਂ ਫੜਿਆ ਗਿਆ ਚਲੋ ਸੋ ਪੈਸੇ ਦੇ ਨਸ਼ਾ ਕੀ ਉਹ ਮਹਾਰਾਣੀ ਸਾਹਿਬ ਵਰਤ ਰਹੇ ਧਾਨੀ ਸਾਹਿਬ ਧਾਨੀ ਸਾਹਿਬ ਤੁਸੀਂ ਬੁੱਢਾ ਸਿੰਘ ਜੀ ਪਹਿਲਾਂ ਤਾਂ ਗੱਲ ਫੜਿਆ ਉੱਥੋਂ ਗਿਆ ਤੁਸੀਂ ਆਪ ਹੀ ਕਹਿੰਦੇ ਮਾੜਾ ਆਨਸਰ ਜਿਹੜਾ ਹੁੰਦਾ ਵਿੱਚ ਨਾ ਟੋਕਿਆ ਕਰੋ ਗੱਲ ਕਰਨ ਦਾ ਤੇ ਸੁਣਨ ਦਾ ਮਾਦਾ ਰੱਖਿਆ ਕਰੋ ਇਮਾਨਦਾਰੀ ਨਾਲ ਇਹ ਜਵਾਬ ਦੇ ਦਿਓ ਕਿ ਚੋਣਾਂ ਵਿੱਚ ਨਸ਼ਾ ਜ਼ਿਆਦਾ ਵਰਤਿਆ ਜਾਂਦਾ ਇਸ ਕਰਕੇ ਜ਼ਿਆਦਾ ਫੜਿਆ ਜਾ ਰਿਹਾ ਦੇਖੋ ਇਹ ਹਰ ਸਟੇਟ 'ਚ ਹੋ ਰਿਹਾ ਹਰ ਕੋਈ ਧਾਰੀ ਸਾਹਿਬ ਚੋਣਾਂ ਵਿੱਚ ਤੁਹਾਡਾ ਜਿਹੜਾ ਹੁਣ ਮੁੱਦੇ ਹੋਣਗੇ ਉਹਨਾਂ ਵਿੱਚ ਨਸ਼ਾ ਮੁੱਦਾ ਹੋਊਗਾ ਬਿਲਕੁਲ ਹੋਏਗਾ ਜੀ ਮੋਟੇ ਜਿਹੜੇ ਪੈਡਲਰ ਸੀ ਸਾਰੇ ਦੇ ਸਾਰੇ ਫੜ ਕੇ ਅੰਦਰ ਦਿੱਤੇ ਜਿਨ੍ਹਾਂ ਦੇ ਖਿਲਾਫ ਪਰਚੇ ਦਰਜ ਹੋਏ ਕੇਸ ਚੱਲ ਰਹੇ ਆ ਉਸ ਤੋਂ ਬਾਅਦ ਕਾਂਗਰਸ ਨੇ ਜਿਹੜੀ ਨੇ ਸੌਹਾ ਖਾ ਕੇ ਗੱਲ ਕੀਤੀ ਦੇਖੋ ਮੈਨੂੰ ਹੁਣ ਕਹਿ ਲੈਣ ਦਿਓ ਜਿਹੜਿਆਂ ਨੇ ਗੱਲ ਕੀਤੀ ਉਹਨਾਂ ਨੇ ਇੱਕ ਦੱਸ ਦੇਣ ਵੀ ਇਹ ਵੱਡਾ ਜਿਹੜਾ ਮਗਰਮੱਛ ਇਹਨਾਂ ਨੇ ਫੜ ਲਿਆ ਦੂਜੀ ਗੱਲ ਸਵੈ ਸਾਹਿਬ ਦੀ ਗੱਲ ਦਾ ਇੰਨਾ ਹੀ ਜਵਾਬ ਹੈਗਾ ਕਿ ਅਸੀਂ ਨਹੀਂ ਕਹਿੰਦੇ ਕਿ ਇਹਨਾਂ ਨੇ ਨਸ਼ਾ ਖਤਮ ਕਰਿਆ ਜਾਂ ਨਹੀਂ ਕਰਿਆ ਕਾਂਗਰਸ ਨਸ਼ੇ ਵਿਕਾ ਰਹੀ ਹੈ ਜਾਂ ਨਹੀਂ ਵਿਕਾ ਰਹੀ ਤੇ ਮਾਨ ਸਾਹਿਬ ਦਾ ਅਰਜੀਰਾ ਸਾਹਿਬ ਦੇ ਸਟੇਟਮੈਂਟਾਂ ਪੜ੍ਹ ਲਓ
ਉਹ ਸਾਰਾ ਕਲੀਅਰ ਕਰ ਦੇਣਗੇ। ਦੂਜੀ ਗੱਲ ਇੱਕ ਮਿੰਟ ਜੀ, ਜਿਹੜੇ ਇੱਧਰ ਬੈਠੇ ਆ ਦੇਖੋ, ਇਹਨਾਂ ਦੀ ਮਾਂ ਸਾਂਝੀ ਹੈ ਜਿਹੜੀ ਆਮ ਆਦਮੀ ਪਾਰਟੀ ਹੈ, ਇਹਨਾਂ ਦੇ ਉੱਤੇ ਐਲੀਗੇਸ਼ਨ ਕਿੰਨੇ ਲੱਗੇ? ਖਹਿਰਾ ਸਾਹਿਬ ਦੇ ਉੱਤੇ ਪਰਚਾ ਦਰਜ ਹੋਇਆ, ਜਿਹੜਾ ਆਪਣੇ ਰਸੂਖ ਦੇ ਨਾਲ ਉਹ ਭੱਜਦੇ ਫਿਰੇ, ਕਦੇ ਕਿਤੇ ਸੁਪਰੀਮ ਕੋਰਟ 'ਚ ਗਏ, ਕਦੇ ਹਾਈ ਕੋਰਟ ਦੇ ਵਿੱਚ, ਇੱਕ ਕੁਐਸਚਨ ਮਾਰਕ ਖੜਾ ਹੋ ਗਿਆ। ਦੂਜਾ ਮਾਨ ਸਾਹਿਬ ਵਾਲੀ ਗੱਲ ਆਪਾਂ ਉਰੇ ਖੜ ਕੇ ਹੁਣ ਕਰ ਚੁੱਕੇ ਹਾਂ, ਸਾਰੇ ਜਲਸੇ ਦੇ ਵਿੱਚ ਖੜਾ ਹੋ ਕੇ ਹੱਥ ਬੰਨ ਕੇ ਕਹਿ ਰਿਹਾ ਤਾਂ ਮੈਂ ਅੱਜ ਤੋਂ ਸ਼ਰਾਬ ਛੱਡੀ, ਔਰ ਉਸ ਦੇ ਖਿਲਾਫ ਪਾਰਲੀਮੈਂਟ ਦੇ ਵਿੱਚ ਇਹ ਗੱਲ ਕਹਿ ਰਹੇ ਹਾਂ ਕਿ ਅਸੀਂ ਇਹਦੇ ਨਾਲ ਨਹੀਂ ਬੈਠਣਾ, ਕਿੰਨੀ ਸ਼ਰਮ ਦੀ ਗੱਲ ਹੈਗੀ ਹੈ ਕਿ ਅਸੀਂ ਸ਼ਰਾਬ ਨਸ਼ਾ ਮੰਨਦੇ ਹੋ? ਤੁਸੀਂ ਸ਼ਰਾਬ ਨਸ਼ਾ ਮੰਨਦੇ ਹੋ? ਮੰਨਦੇ ਆ, ਬਿਲਕੁਲ ਮੰਨਦੇ ਆ, ਹਾਂ ਤਾਂ ਹੀ ਪ੍ਰਚਾਰ ਕਰਦੇ ਆ ਮੈਂ ਸ਼ਰਾਬ ਦਾ ਸਪੈਸ਼ਲੀ। ਤੁਸੀਂ ਸਪੈਸ਼ਲੀ ਨਹੀਂ ਤੋਰਦੇ, ਨਹੀਂ ਅਕਾਲੀ ਦਲ ਮੰਨਦਾ ਕਿ ਨਹੀਂ ਮੰਨਦਾ? ਤੁਹਾਡੇ ਮੰਤਰੀ ਕਾਲੇ, ਤੁਹਾਡੇ ਮੰਤਰੀ ਸਿਹਤ ਮੰਤਰੀ ਨਸ਼ਾ ਨਹੀਂ ਮੰਨਦੇ ਸ਼ਰਾਬ ਨੂੰ, ਉਹ ਵੀ ਸਟੇਟਮੈਂਟ ਕੋਟ ਕਰਿਆ ਕਰੋ ਤਾਰੀ ਸਾਹਿਬ, ਭੁੱਲ ਜਾਂਦੇ ਹੋ ਤੁਸੀਂ ਮੈਨੂੰ ਲੱਗਦਾ। ਭੁੱਲ ਜਾਂਦੇ ਹੋ, ਭੁੱਲ ਜਾਂਦੇ ਹੋ, ਇੱਕ ਮਿੰਟ। ਹਾਂ, ਤੀਜਾ ਇਹਨਾਂ ਦਾ ਜਿਹੜਾ ਸੀ ਗਾਂਧੀ ਜੀ, ਜਿਨ੍ਹਾਂ ਦੀ ਪਰਸੋਂ ਦੀ ਵੀ ਸਟੇਟਮੈਂਟ ਤੁਸੀਂ ਟ੍ਰਿਬਿਊਨ ਦੇ ਵਿੱਚ ਪੜ੍ਹ ਲਓ, ਉਹਨਾਂ ਨੇ ਇਹ ਗੱਲ ਕਹੀ ਕਿ ਨਸ਼ਾ ਜਿਹੜਾ ਫੀਮ ਔਰ ਭੁੱਕੀ ਆ ਜਿਹੜੀ, ਅਸੀਂ ਇਹਨੂੰ ਖੋਲ ਦੇਵਾਂਗੇ। ਸੋ ਇਸ ਕਰਕੇ ਇਹ ਪ੍ਰਮੋਟ ਕਰ ਰਹੇ ਆ ਨਸ਼ੇ ਨੂੰ, ਔਰ ਇਹ ਜਿਹੜੇ ਹੈਗੇ ਬਰਾਬਰ ਹੋ ਗਏ ਸਾਰ ਸਾਰੇ ਬਰਾਬਰ ਹੋ, ਤੁਹਾਡੇ ਵੀ ਲੀਡਰ ਤੇ, ਤੁਹਾਡੇ ਲੀਡਰ ਤਿੰਨ ਚਾਰ ਹੈਗੇ, ਨਾਮ ਬਣਾ ਦਵਾਂ, ਨਾਮ ਬਣਾ ਦਵਾਂ ਤਾਰੀ ਸਾਹਿਬ, ਤੁਸੀਂ ਜੋ ਮਰਜ਼ੀ ਕਰ ਸਕਦੇ, ਤਾਰੀ ਸਾਹਿਬ ਇਦਾਂ ਨਾ ਕਰਿਆ ਕਰੋ, ਮੇਰੀ ਗੱਲ ਸੁਣੋ, ਦੇਖੋ ਆਪਣੇ ਲੀਡਰਾਂ ਨੂੰ ਰੋਕਿਆ ਕਰੋ, ਨਾ ਬਿਆਨ ਦੇਣ ਦੇ ਭੁੱਕੀ ਨਸ਼ਾ ਖੋਲ ਦਵਾਂਗੇ ਅਸੀਂ। ਜਵਾਬ ਦੇ ਦਾਂ ਥੋੜਾ ਜਿਹਾ, ਮੈਂ ਤਾਂ ਸੰਗਤ ਦੇ ਬਰਾਕੀ ਫਟਾਫਟ ਪਲੀਜ਼ ਤੁਸੀਂ ਜਵਾਬ ਦਿਓ। ਫਟਾਫਟ ਇਹ ਆ ਜੀ, ਇਹ ਮਨਪ੍ਰੀਤ ਬਾਦਲ ਦੀ ਸੱਸ ਵੀ ਇਸ ਚੀਜ਼ ਦੇ ਵਿੱਚ ਕਈ ਵਾਰੀ ਕਹਿ ਚੁੱਕੀ ਆ, ਉਦੋਂ ਮਨਪ੍ਰੀਤ ਇਹਨਾਂ ਹੀ ਸੀਗਾ, ਮੈਂ ਖੈਰ ਇਹਨਾਂ ਗੱਲਾਂ 'ਚ ਨਹੀਂ ਜਾਂਦਾ, ਉਹਨਾਂ ਦੀ ਆਪਦੀ ਸਟੱਡੀ ਆ, ਮੈਂ ਕਹਿਣਾ ਇਹ ਚਾਹੁੰਦਾ, ਕਹਿੰਦੇ ਵੱਡੇ ਵੱਡੇ ਫੜੇ ਗਏ। ਅਸੀਂ ਸਿਆਸਤ ਦੀ ਗੱਲ ਕਰਦੇ, ਸੱਸ 'ਤੇ ਪਹੁੰਚ ਗਏ, ਸੱਸ ਮਨਪ੍ਰੀਤ ਦੀ ਜਿਹੜੀ ਸੀਗੀ ਜੌਲ, ਚਲੋ ਮੈਂ ਛੱਡਦਾ। June 2017 ਤੋਂ ਅੱਜ ਦੀ ਤਰੀਕ ਤੱਕ 13 ਪੁਲਿਸ ਪਰਸਨ, ਕਾਂਸਟੇਬਲ ਤੋਂ ਲੈ ਕੇ ਇੰਸਪੈਕਟਰ ਤੱਕ, ਇਹਨਾਂ ਨੇ ਜਿਹੜੇ ਵੱਡੇ ਵੱਡੇ ਮਗਰਮੱਛ ਫੜੇ ਆ, ਉਹਨਾਂ 'ਚ ਆਏ ਆ। ਕੀ ਮੈਂ ਸਵਾਈ ਸਾਹਿਬ ਸਰਕਾਰ ਤੋਂ ਪੁੱਛਣਾ ਚਾਹੁੰਦਾ, 13 ਹੀ ਆ ਜਾਂ ਹੋਰ ਵੀ ਹੈ ਕਿ ਨਹੀਂ ਹੈ? ਹਾਲ ਇਹ ਆ, ਸਰਕਾਰ ਸੀਰੀਅਸ ਨਹੀਂ, ਫੁੱਲ ਫਲੋ ਨਸ਼ੇ ਦਾ ਇਸ ਇਲੈਕਸ਼ਨ 'ਚ ਚੱਲ ਰਿਹਾ ਵਾ, ਆਪਣਾ ਇਲੈਕਸ਼ਨ ਕਮਿਸ਼ਨ ਦੀ ਰਿਕਵਰੀ ਤੋਂ ਜਿਹੜਾ ਕੋਈ ਸੰਗੜਾ ਸੰਗੜਾ ਸਾਹਿਬ, ਇਹ ਨਸ਼ਾ ਕੌਮੀ ਮੁੱਦਾ ਬਣ ਸਕਦਾ ਕਦੇ ਕਿ ਨਹੀਂ? ਦੇਖੋ ਜੀ, ਕਿਸੇ ਵੀ ਮੁੱਦੇ ਨੂੰ ਸਰਕਾਰਾਂ ਨੇ ਹੱਲ ਨਹੀਂ ਕੀਤਾ, ਇਸ ਵੇਲੇ ਵੱਡਾ ਮੁੱਦਾ ਹੈਗਾ ਹੀ ਆ ਪੰਜਾਬ ਲਈ, ਤਾਂ ਸਪੈਸ਼ਲੀ ਬਹੁਤ ਵੱਡਾ ਮੁੱਦਾ ਆ ਇਹ। ਇਹ ਮੈਂ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ, ਮੁੱਖ ਮੰਤਰੀ ਨੇ ਉਹਨਾਂ ਦੀ ਸਟੇਟਮੈਂਟ ਇਹ ਸੀਗੀ ਕਿ ਵੱਡੇ ਵੱਡੇ ਤਸਕਰ ਬਾਹਰ ਚਲੇ ਗਏ ਆ, ਹਾਂਜੀ, ਬਾਕੀ ਅਸੀਂ ਇੰਨੇ ਲੋਕ ਫੜ ਲਏ ਆ, ਪਰ ਵੱਡੇ ਵੱਡੇ ਤਸਕਰ ਬਾਹਰ ਚਲੇ ਗਏ ਆ। ਮਹਾਰਾਣੀ ਪਰਨੀਤ ਕੌਰ ਕਹਿ ਰਹੇ ਸੀ ਨਸ਼ੇ ਦਾ ਲੱਕ ਤੋੜਤਾ, ਇਹ ਕੰਟਰਾਡਿਕਟਰੀ ਸਟੇਟਮੈਂਟਸ ਨੇ, ਇਹਨਾਂ ਨੇ ਕਿਸੇ ਨੇ ਸੀਰੀਅਸਲੀ ਕੰਮ ਨਹੀਂ ਕੀਤਾ। ਔਰ ਉਹ ਜਿਹੜੀ ਗੁਟਕਾ ਸਾਹਿਬ ਦੇ ਹੱਥ ਰੱਖ ਕੇ ਸਹੁੰ ਖਾਣ ਵਾਲੀ ਘਟਨਾ ਵੀ ਹੋਈ ਆ, ਉਹ ਤੁਸੀਂ ਉਹਨੂੰ ਦੁਬਾਰਾ ਰੀਪਲੇ ਕਰਕੇ ਦੇਖੋ, ਇੱਕ ਸਾਜਿਸ਼ ਦੇ ਅਧੀਨ ਕੀਤੀ ਗਈ ਆ। ਬਹੁਤ ਇਹਨਾਂ ਨੇ ਗਲਤ ਕੀਤਾ, ਲੋਕਾਂ ਨੂੰ ਧੋਖਾ ਦਿੱਤਾ, ਧਰਮ ਦੀ ਦੁਰਵਰਤੋਂ ਕੀਤੀ ਆ, ਬਹੁਤ ਬੇਅਦਬੀ ਕੀਤੀ ਹੈ, ਔਰ ਇਸੇ ਤਰ੍ਹਾਂ ਹੀ ਇਹਨਾਂ ਨੇ ਮਤਲਬ ਬਾਕੀ ਵੀ ਜਿੱਦਾਂ ਫਾਰਮਰ ਦੇ ਦਸਤਖਤ ਕਰਾਉਣੇ, ਉਹ ਵੀ ਇੱਕ ਸਾਜਿਸ਼ ਅਧੀਨ ਘਰ ਘਰ ਜਾ ਕੇ ਦਸਤਖਤ ਕਰਾਇਆ, ਲੋਨ ਨਹੀਂ ਮਾਫ਼ ਕੀਤਾ। ਮਤਲਬ ਇਹ ਸਿਆਸਤਦਾਨਾਂ ਲਈ ਤਾਂ ਇਹ ਖੇਡ ਹੈ, ਵੋਟਾਂ ਕਿੱਦਾਂ ਲੈਣੀਆਂ, ਲੋਕਾਂ ਦੇ ਘਰ ਬਰਬਾਦ ਹੋ ਰਹੇ ਆ ਨਸ਼ੇ ਨਾਲ। ਨੌਜਵਾਨ ਸ਼ਿਕਾਰ ਹੋ ਰਹੇ ਆ, ਇਹ ਜਿਹੜੀ ਸਿਆਸਤ ਸਾਡੇ ਪੂਰੇ ਮੁਲਕ ਵਿੱਚ ਚੱਲਦੀ, ਮੈਂ ਪੰਜਾਬ ਦੀ ਸਿਆਸਤ ਤੋਂ ਉੱਪਰ ਉੱਠ ਕੇ ਗੱਲ ਕਰਾਂਗਾ, ਉਹਦੇ ਲਈ ਇਹ ਕੌਮੀ ਮੁੱਦਾ ਹੈ ਕਿ ਨਹੀਂ? ਦੇਖੋ, ਇਹ ਕੌਮੀ ਮੁੱਦਾ ਬਣਨਾ ਚਾਹੀਦਾ, ਪਰ ਇਹ ਕਦੀ ਨਹੀਂ ਬਣਾਉਂਦੇ, ਕਿਉਂਕਿ ਇਹ ਤਾਂ ਚਾਹੁੰਦੇ ਨੇ ਵੀ ਲੋਕ ਨਸ਼ੇ ਦੇ ਵਿੱਚ ਗਲਤਾਨ ਰਹਿਣ ਅਤੇ ਸਾਨੂੰ ਸੰਭਾਲ ਨਾ ਕਰਨਾ, ਕਿਉਂਕਿ ਜਿਹੜਾ ਬੰਦਾ ਫੀਮ ਨਹੀਂ ਖਾਏਗਾ, ਮੈਂ ਖਾਸ ਕਰਕੇ ਫੀਮ ਦੇ ਉੱਤੇ ਕਹਿਣਾ, ਸ਼ਰਾਬੀ ਉਹਨਾਂ ਨਹੀਂ ਥੱਲੇ ਦੱਬਦਾ ਜਿੰਨਾ ਫੀਮ 'ਚ ਹੀ ਹੈ, ਫੀਮ 'ਚ ਰਿਐਕਟ ਹੀ ਨਹੀਂ ਕਰਦਾ। ਇਸ ਕਰਕੇ ਵਿਦੇਸ਼ ਵੀ, ਸਾਡੇ ਦੇਸ਼ ਦੇ ਪੋਲੀਟੀਸ਼ੀਅਨ ਵੀ ਇਹ ਚਾਹੁੰਦੇ ਨੇ ਵੀ ਲੋਕ ਪੀਣਕ ਲੱਗੀ ਰਹੇ, ਸਵਾਲ ਹੀ ਨਾ ਕਰਨ, ਜੋ ਮਰਜ਼ੀ ਲੁੱਟ ਖੋ ਹੋਈ ਜਾਵੇ। ਸਮਾਨਤਕ ਹਲਕਿਆਂ ਵਿੱਚ ਸ਼ਰਾਬ ਦਾ ਵਿਤਰਣ ਸ਼ੁਰੂ ਵੀ ਹੋ ਗਿਆ, ਬੀਬੀ ਜਗਵੀਰ ਕੌਰ ਨੇ ਸ਼ਰਾਬ ਉੱਥੇ ਚਲਾਈ ਆ ਖੜੂਰ ਸਾਹਿਬ। ਬਹੁਤ ਅਹਿਮ ਸਵਾਲ ਹੈਗੇ, ਬਹੁਤ ਧੰਨਵਾਦ ਡਾਕਟਰ ਗਰਗ, ਤੁਹਾਡਾ ਤਾਰੇ ਸਾਹਿਬ, ਤੁਹਾਡਾ ਸੰਗੜਾ ਸਾਹਿਬ, ਤੁਹਾਡਾ ਸਵੈਦ ਸਾਹਿਬ, ਤੁਹਾਡਾ ਬਹੁਤ ਧੰਨਵਾਦ, ਅਤੇ ਬੁੱਢਾ ਸਿੰਘ ਬਰਾਕੀ, ਤੁਹਾਡਾ ਬਹੁਤ ਧੰਨਵਾਦ। ਸਵਾਲ ਬਹੁਤ ਸਾਰੇ ਅਸੀਂ ਪੁੱਛੇ ਹੈਗੇ ਆ, ਸਵਾਲ ਅੱਗੇ ਵੀ ਪੁੱਛਾਂਗੇ। ਸਵਾਲ ਇੱਥੇ ਆ ਕੇ ਰੁਕਦਾ ਹੈਗਾ, ਨਸ਼ੇ ਦਾ ਸਵਿੱਚ ਕਿਸ ਹੱਥ ਹੈਗਾ? ਜਦੋਂ ਡਾਕਟਰ ਗਰਗ ਲਾਸਟ ਇਹ ਕਹਿਣ ਕਿ ਪੀਨਕ ਲੱਗ ਜਾਂਦੀ ਹੈ, ਅਤੇ ਸਾਡਾ ਮਕਸਦ ਇੱਕੋ ਆ, ਤੁਹਾਡੀ ਪੀਨਕ ਤੋੜਨੀ ਹੈਗੀ ਆ, ਜਦੋਂ ਅਸੀਂ ਪੀਨਕ ਨਹੀਂ ਤੋੜਾਂਗੇ ਤਾਂ ਮਤਲਬ ਅਸੀਂ ਵੀ ਪੀਨਕ ਵਿੱਚ ਆ ਗਏ। ਬਹੁਤ ਧੰਨਵਾਦ।